ਸ਼ਿਵਾਂਗੀ ਤੇ ਤੁਸੀਂ ਸਾਰੇ ਦੇਖ ਰਹੇ ਹੋ ਦੇਸੀ ਸਾਰਾ ਲਾਸ ਤੁਹਾਨੂੰ ਮੈਂ ਲੈ ਕੇ ਆਈ ਆ ਨਿਸ਼ਾਨਾ ਮੂਵੀ ਦੀ ਸਕ੍ਰੀਨਿੰਗ ਤੇ ਇੱਥੇ ਰੌਣਕਾਂ ਦੇਖ ਕੇ ਤੁਸੀਂ ਸਮਝ ਚੁੱਕੇ ਹੋਵੋਗੇ ਕਿ ਇਸ ਫਿਲਮ ਨੂੰ ਲੈ ਕੇ ਕਿੰਨਾ ਜ਼ਿਆਦਾ ਕ੍ਰੇਜ਼ ਹੈ ਆਡੀਅנס ਦੇ ਵਿੱਚ। ਇਸ ਫਿਲਮ ਲਈ ਮੈਂ ਵੀ ਬਹੁਤ ਜ਼ਿਆਦਾ ਐਕਸਾਈਟਡ ਸੀ ਕਿਉਂਕਿ ਫਰਸਟ ਟਾਈਮ ਅਸੀਂ ਦੇਖਣ ਜਾ ਰਹੇ ਹਾਂ ਬਹੁਤ ਸਾਰਾ ਐਕਸ਼ਨ ਸਾਡੀ ਪੋਲੀਵੁੱਡ ਇੰਡਸਟਰੀ ਦੇ ਵਿੱਚ। ਸੋ ਬਿਨਾਂ ਕਿਸੇ ਦੇਰੀ ਮੈਂ ਤਾਂ ਚਲੀ ਮੂਵੀ ਦੇਖ ਕੇ ਆਉਣੀ ਆ ਤੇ ਦਿੱਲੀ ਆ ਤੁਹਾਨੂੰ ਆਪਣੇ ਵੀ ਰਿਵਿਊ ਤੇ ਨਾਲ ਹੀ ਸਟਾਰ ਕਾਸਟ ਕੌਣ ਕੌਣ ਤੇ ਪਹੁੰਚ ਰਹੀ ਆ ਇਹ ਵੀ ਪਤਾ ਕਰੂੰਗੀ ਤਾਂ ਜੋ ਉਹਨਾਂ ਦੇ ਰਿਵਿਊਜ਼ ਵੀ ਤੁਹਾਡੇ ਤੱਕ ਸ਼ੇਅਰ ਕਰਾਂ। ਹੁਣ ਸਾਡੇ ਨਾਲ ਇੱਕ ਗਲੈਮਰਸ ਕੁਈਨ ਸਾਨਵੀ। ਹਾਈ ਸਾਨਵੀ। ਹਾਈ ਹਾਈ ਹਾਈ। ਹਾਊ ਆਰ ਯੂ? ਆਮ ਗੁੱਡ ਜੀ। ਵਾਹ, ਇਸ ਟਾਈਮ ਬਹੁਤ ਜ਼ਿਆਦਾ ਖੂਬਸੂਰਤ ਲੱਗ ਰਹੇ ਹੋ। ਗਲੈਮਰਸ ਸ਼ਾਮ ਦੀ ਇੱਕ ਕਹਿੰਦੇ ਚੰਨ ਉਤਰ ਕੇ ਆਸਮਾਨ ਤੋਂ ਹੁਣ ਆ ਗਿਆ। ਮੈਂ ਟਰਾਈ ਕੀਤਾ ਵਾ, ਕੋਸ਼ਿਸ਼ ਕੀਤੀ ਆ, ਬਟ ਹਾਂ ਠੀਕ ਹੈ। ਕੋਸ਼ਿਸ਼ ਕੀਤੀ ਹੈ ਤਾਂ ਕੋਸ਼ਿਸ਼ ਕਾਮਯਾਬੀ ਨਜ਼ਰ ਆ ਰਹੀ ਹੈ। ਇਹ ਕਰਾਊਡ ਦੇਖ ਕੇ ਲੱਗ ਰਿਹਾ ਹੋਣਾ। ਹਾਂ, ਕਿੱਦਾਂ ਦਾ ਮਹਿਸੂਸ ਕਰ ਰਹੇ ਹੋ? ਲਿਟਲ ਬਿਟ ਨਰਵਸ ਜਾਂ ਫਿਰ ਐਕਸਾਈਟਮੈਂਟ ਲੈਵਲ ਇਸ ਕਦਰ ਹੈ ਕਿ ਬਸ ਨਹੀਂ ਰੌਕ ਹੈ? ਨਹੀਂ, ਮੈਨੂੰ ਬਹੁਤ ਐਂਜਾਇਟੀ ਹੋ ਰਹੀ ਹੈ, ਸੀਰੀਅਸਲੀ ਆਮ ਵੈਰੀ ਨਰਵਸ ਟੂਡੇ। ਔਰ ਮੈਨੂੰ ਨਹੀਂ ਪਤਾ ਕਿ ਹੋਣਾ ਕੀ ਨਹੀਂ ਹੋਣਾ। ਮੇਰੇ ਲਈ ਸਭ ਡਰੀਮ ਦੀ ਤਰ੍ਹਾਂ ਨਿਕਲ ਰਿਹਾ ਵਾ। ਦੇਖੋ ਆਫਟਰ ਦੈਟ ਕੀ ਹੁੰਦਾ ਉਸ ਤੋਂ ਬਾਅਦ। ਇਹ ਤੁਸੀਂ ਸਾਰਿਆਂ ਮੀਡੀਆ ਨੇ ਦੱਸਣਾ ਵਾ ਕਿ ਅਸੀਂ ਪਾਸ ਹੋ ਗਏ ਕਿ ਫੇਲ ਹੋ ਗਏ। ਟ੍ਰੇਲਰ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਪਾਸ ਹੈ ਫੁੱਲ ਫੁੱਲ। ਸੋ ਉਸ ਤੋਂ ਬਾਅਦ ਤਨਰੋਜ਼ ਦੇ ਨਾਲ ਫਸਟ ਟਾਈਮ ਉਹਨਾਂ ਨੇ ਐਂਟਰੀ ਕੀਤੀ ਹੈ ਬਾਲੀਵੁੱਡ ਦੇ ਵਿੱਚ, ਐਕਸਪੀਰੀਅੰਸ ਕਿੱਦਾਂ ਦਾ ਰਿਹਾ? ਮੈਂ ਸਮਝੀ ਨਹੀਂ, ਸੋਰੀ, ਪਾਰਡਨ। ਤਨਰੋਜ਼ ਦੇ ਨਾਲ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਕੰਮ? ਤਨਰੋਜ਼ ਦੇ ਨਾਲ ਵੀ ਆਰ ਲਾਈਕ ਬਡੀਜ਼, ਬਾਈ ਬਾਈ ਫੀਲਿੰਗ ਹੈ ਸਾਡੇ ਦੋਨਾਂ ਦੀ। ਐਵੇਂ ਨਹੀਂ ਆ, ਅਸੀਂ ਜਿੱਦਾਂ ਸਾਡਾ ਫਨ ਆ ਦੋਨਾਂ ਦਾ, ਅਸੀਂ ਇੱਕ ਦੂਜੇ ਨੂੰ ਸਮਝਦੇ ਹਾਂ। ਦੋਨਾਂ ਨੂੰ ਪਤਾ ਇੱਕ ਦੂਜੇ ਦੇ ਮੂਡ ਸਵਿੰਗਸ ਕਦੋਂ ਹੁੰਦੇ ਆ। ਜਦੋਂ ਅਸੀਂ ਸਾਨੂੰ ਭੁੱਖ ਲੱਗੀ ਹੁੰਦੀ ਅਸੀਂ ਐਂਗਰੀ ਹੋ ਜਾਂਦੇ ਹਾਂ ਦੋਨੋਂ ਜਣੇ। ਮਤਲਬ ਬਹੁਤ ਵਧੀਆ ਫੀਲ ਆ ਉਹਦੇ ਨਾਲ। ਮੈਨੂੰ ਕਦੀ ਇੱਦਾਂ ਨਹੀਂ ਫੀਲ ਹੋਇਆ ਕਿ ਮੈਂ ਕਿਸੇ ਨਵੇਂ ਮੁੰਡੇ ਨਾਲ ਡੈਬਿਊ ਕਰ ਰਹੀ ਹਾਂ। ਔਰ ਸਪੈਸ਼ਲੀ ਇਜ਼ ਫਰੋਮ ਕੈਨੇਡਾ, ਔਰ ਮੈਨੂੰ ਨਹੀਂ ਮੈਨੂੰ ਨੇ ਕਦੀ ਉਹਨੇ ਟੈਂਟਰਮ ਨਹੀਂ ਸ਼ੋਅ ਕੀਤੇ ਔਰ ਨਾ ਹੀ ਮੈਂ ਕਦੇ ਸ਼ੋਅ ਕੀਤੇ ਆ। ਇਟਸ ਗੁੱਡ, ਔਰ ਮੇਰੀਆਂ ਬੈਸਟ ਵਿਸ਼ਿਜ਼ ਆ ਤਨਰੋਜ਼ ਨੂੰ ਵੀ ਕਿ ਉਹ ਆਪਣੀ ਲਾਈਫ 'ਚ ਅੱਗੇ ਵਧੇ। ਗੋਡ ਬਲੈਸ ਹਿਮ। ਹਾਂ, ਇੱਕ ਸੁਪਰ ਹਿੱਟ ਫਿਲਮਾਂ ਦੇਣ ਤੋਂ ਬਾਅਦ ਵੀ ਕਿ ਅਗਲੀ ਫਿਲਮ ਲਈ ਨਰਵਸਨੈਸ ਰਹਿੰਦੀ ਹੈ ਐਕਟਰਸ ਨੂੰ ਇੰਨਾ ਫੇਮ ਪਾ ਕੇ? ਹਜੇ ਤਾਂ ਮੇਰਾ ਫੇਮ ਸਟਾਰਟ ਨਹੀਂ ਹੋਇਆ ਮੈਨੂੰ ਲੱਗਦਾ, ਹਜੇ ਤਾਂ ਮੈਂ ਬਹੁਤ ਬਹੁਤ ਥੱਲੇ ਹਾਂ। ਬਟ ਹਾਂ, ਹਮੇਸ਼ਾ ਹੁੰਦੀ ਆ, ਹਮੇਸ਼ਾ ਨਰਵਸ ਹੁੰਦੇ ਆ ਤੁਸੀਂ, ਹਮੇਸ਼ਾ ਤੁਹਾਨੂੰ ਘਬਰਾਹਟ ਹੁੰਦੀ ਆ ਕਿ ਪਤਾ ਨਹੀਂ ਕੀ ਹੋਣਾ, ਪਤਾ ਨਹੀਂ ਕੀ ਹੋਣਾ। ਉਹ ਆਈ ਥਿੰਕ ਉਹ ਰਹਿਣੀ ਵੀ ਚਾਹੀਦੀ, ਓਵਰ ਕੌਨਫੀਡੈਂਟ ਨਹੀਂ ਹੁੰਦੇ ਤੁਸੀਂ, ਓਵਰ ਕੌਨਫੀਡੈਂਸ ਹਮੇਸ਼ਾ ਖਰਾਬ ਕਰਦਾ ਬੰਦੇ ਨੂੰ। ਕਿੰਨਾ ਕੁ ਐਕਸ਼ਨ ਦੇਖਾਂਗੇ ਅਸੀਂ ਇਸ ਫਿਲਮ ਦੇ ਵਿੱਚ ਤੁਹਾਡਾ? ਜਸਟ ਲਿਟਲ ਬਿਟ, ਕਿਉਂਕਿ ਅਜੇ ਡਾਇਰੈਕਟਰ ਸਾਹਿਬ ਨੇ ਨਾ ਉਹਨਾਂ ਨੇ ਇਹ ਟਰਾਈ ਕੀਤਾ ਕਿ ਅਜੇ ਲੋਕਾਂ ਦੀ ਐਕਸੈਪਟੈਂਸ ਦੇਖਦੇ ਹਾਂ ਕਿ ਕੁੜੀਆਂ ਦਾ ਐਕਸ਼ਨ ਉਹਨਾਂ ਨੂੰ ਪਸੰਦ ਆਉਂਦਾ ਕਿ ਨਹੀਂ ਆਉਂਦਾ। ਮਤਲਬ ਮੈਂ ਹੀ ਐਕਸ਼ਨ ਕੀਤਾ ਵਾ। ਆਈ ਥਿੰਕ ਸੈਕਿੰਡ ਟਾਈਮ ਕਰ ਰਹੇ ਹੋ ਨਾ ਐਕਸ਼ਨ? ਨਹੀਂ ਨਹੀਂ, ਰੁਪਿੰਦਰ ਗਾਂਧੀ 'ਚ ਮੈਂ ਐਕਸ਼ਨ ਨਹੀਂ ਕੀਤਾ, 'ਚ ਮੈਂ ਥੱਪੜ ਮਾਰੇ ਸੀਗੇ। ਐਕਸ਼ਨ ਮੈਂ ਇਹਦੇ ਵਿੱਚ ਕੀਤਾ, ਜਸਟ ਸਮਾਲ, ਉਹ ਵੀ ਤਨਰੋਜ਼ ਦੀ ਹੈਲਪ ਦੇ ਨਾਲ, ਹੈ ਨਾ। ਅਤੇ ਬਾਕੀ ਇਹ ਦੇਖੋ ਹੁਣ ਆਡੀਅੰਸ ਐਕਸੈਪਟ ਕਰਦੀ ਆ, ਫਿਰ ਨੈਕਸਟ ਫਿਲਮ 'ਚ ਤੁਸੀਂ ਐਕਸ਼ਨ ਦੇਖੋਗੇ ਮੇਰੇ ਨਾਲ ਪ੍ਰੋਪਰਲੀ ਤਰੀਕੇ ਨਾਲ। ਮਾਈ ਗੋਡ, ਨੈਕਸਟ ਐਕਸ਼ਨ ਅਵਤਾਰ ਵੀ ਨਜ਼ਰ ਆਏਗਾ। ਆਲ ਦਾ ਬੈਸਟ, ਔਰ ਇਸੇ ਤਰ੍ਹਾਂ ਤਰੱਕੀਆਂ ਕਰੋ, ਸਾਨੂੰ ਮਿਲਦੇ ਰਹੋ ਇੰਟਰਵਿਊ ਦਿੰਦੇ ਰਹੋ। ਬਹੁਤ ਬਹੁਤ। ਸੋ ਗਾਇਜ਼, ਹੁਣ ਸਾਡੇ ਨਾਲ ਨੇ ਸਿਨੇਮੇ ਦੀ ਰੀੜ ਦੀ ਹੱਡੀ, ਚਾਹੇ ਟਾਲੀਵੁੱਡ ਹੋਵੇ, ਬਾਲੀਵੁੱਡ ਹੋਵੇ ਜਾਂ ਫਿਰ ਬਾਲੀਵੁੱਡ, ਹਰ ਪਾਸੇ ਆਪਣਾ ਜਗ੍ਹਾ ਇਹਨਾਂ ਨੇ ਬਿਖੇਰਿਆ ਹੈ। ਮੈਂ ਕਿਸੇ ਹੋਰ ਦੀ ਗੱਲ ਨਹੀਂ ਕਰੀ, ਮੈਂ ਕਰ ਰਹੀ ਹਾਂ ਪੰਜਾਬ ਦੇ ਬਿੱਬਾ ਉੱਤਰ ਦੀ, ਵਿਕਰਮਜੀਤ ਸਿੰਘ ਬਿਰਦ ਦੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ? ਬਹੁਤ ਵਧੀਆ। ਸੋ ਇਸ ਵਾਰੀ ਆਪਣੇ ਕਿਰਦਾਰ ਦੇ ਨਾਲ ਕਿੱਦਾਂ ਦਾ ਐਕਸਪੈਰੀਮੈਂਟ ਕਰਨ ਵਾਲੇ ਹੋ, ਕਿਉਂਕਿ ਟਾਲੀਵੁੱਡ ਹੋਵੇ, ਬਾਲੀਵੁੱਡ ਹੋਵੇ, ਚਾਹੇ ਬਾਲੀਵੁੱਡ ਹੋਵੇ, ਹਰ ਪਾਸੇ ਆਪਣੇ ਕਿਰਦਾਰ ਦੇ ਨਾਲ ਖੇਡਦੇ ਹੋ ਤੇ ਇੱਕ ਵੱਖਰਾ ਹੀ ਚੀਜ਼ ਨਿਕਾਲ ਕੇ ਤੁਸੀਂ ਦਰਸ਼ਕਾਂ ਲਈ ਲੈ ਕੇ ਆਓਗੇ? ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਹਰ ਵਾਰੀ ਮੈਂ ਜੋ ਵੀ ਕਿਰਦਾਰ ਮੈਨੂੰ ਮਿਲਿਆ, ਮੈਂ ਉਹਦੇ 'ਚ ਉਸ ਤਰੀਕੇ ਨਾਲ ਉਹਦੀ ਫੀਲਿੰਗ ਨਾਲ ਉਹਨੂੰ ਪੂਰਾ ਸ਼ਿੱਦਤ ਨਾਲ ਨਿਭਾਵਾਂ। ਸੋ ਜਿਵੇਂ ਧੰਜਲ ਸਾਹਿਬ ਨੇ ਮੈਨੂੰ ਸੁਣਾਇਆ ਸੀਗਾ, ਜਿਵੇਂ ਉਹਨਾਂ ਨੇ ਸਿਰਜਿਆ ਸੀਗਾ ਕਿਰਦਾਰ, ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਅਤੇ ਆਈ ਐਮ ਸ਼ੋਰ ਕਿ ਸਾਰਿਆਂ ਨੂੰ ਗੋਲਾ ਪਸੰਦ ਆਊਗਾ। ਸੋ ਇਸ ਵਾਰੀ ਪੰਜਾਬ ਆ ਕੇ ਫੀਲਿੰਗ ਕੀ ਸੀ? ਪੰਜਾਬ ਆ ਕੇ ਘੈਂਟ ਹੀ ਫੀਲਿੰਗ ਹੁੰਦੀ ਆ। ਆਈ ਵਾਜ਼ ਇਨ ਮੁੰਬਈ ਯੈਸਟਰਡੇ, ਉੱਥੇ ਗਰਮੀ ਸੀਗੀ, ਹੈ ਨਾ, ਇੱਥੇ ਪੰਜਾਬ ਆਇਆ, ਇੱਥੇ ਠੰਡ ਹੈ, ਘੈਂਟ ਮੌਸਮ ਹੈ, ਫਿਰ ਪੰਜਾਬ ਦਾ ਖਾਣਾ ਪੀਣਾ ਐਂਡ ਪੀਪਲ ਅਰਾਊਂਡ ਯੂ, ਐਵਰੀਬਡੀ ਸੋ ਵੈਲਕਮਿੰਗ, ਸੋ ਲਵਿੰਗ, ਘੈਂਟ ਹੀ ਫੀਲਿੰਗ ਹੁੰਦੀ ਹੈ ਪੰਜਾਬ ਆ ਕੇ। ਤੁਸੀਂ ਆਲਮੋਸਟ ਟਰੈਵਲ ਕਰਦੇ ਰਹਿੰਦੇ ਹੋ, ਹੈ ਨਾ, ਟਰੈਵਲਿੰਗ ਕਿੱਦਾਂ ਦਾ ਮਤਲਬ ਤੁਹਾਡੇ ਲਈ ਹੈਲਪਫੁਲ ਹੁੰਦਾ ਹੈ ਤੁਹਾਡੇ ਆਪਣੇ ਕਿਰਦਾਰ ਲਈ, ਆਪਣੇ ਵਿਜ਼ਨ ਨੂੰ ਵਾਈਟ ਕਰਨ ਲਈ? ਸੀ, ਜਦੋਂ ਜਿੰਨੇ ਤੁਸੀਂ ਜ਼ਿਆਦਾ ਲੋਕਾਂ 'ਚ ਵਿਚਰਦੇ ਹੋ, ਜਿੰਨੇ ਤੁਸੀਂ ਜ਼ਿਆਦਾ ਥਾਵਾਂ 'ਤੇ ਐਕਸਪਲੋਰ ਕਰਦੇ ਹੋ, ਲੋਕਾਂ ਨੂੰ ਵੇਖਦੇ ਹੋ, ਹਰ ਥਾਂ 'ਤੇ ਵੱਖਰੀ ਤਰ੍ਹਾਂ ਦਾ ਪਹਿਰਾਵਾ ਹੈ, ਵੱਖਰੀ ਤਰ੍ਹਾਂ ਦਾ ਰਹਿਣ ਸਹਿਣ ਹੈ, ਲੋਕ ਵੱਖਰੇ ਤਰੀਕੇ ਨਾਲ ਗੱਲਾਂ ਕਰਦੇ ਆ, ਹੈ ਨਾ, ਉਹਨਾਂ ਦਾ ਖਾਣਾ ਪੀਣਾ ਵੱਖਰਾ ਆ। ਸੋ ਜਿੰਨਾ ਤੁਸੀਂ ਜ਼ਿਆਦਾ ਐਕਸਪਲੋਰ ਕਰਦੇ ਹੋ ਐਜ਼ ਐਨ ਐਕਟਰ, ਉਨੇ ਤੁਹਾਨੂੰ ਜ਼ਿਆਦਾ ਕਿਰਦਾਰ
मिलते हैं तुम समझ सकते हो दुनिया में ज़्यादा तो अपने उस तरह किरदार अपने चुन सकते हो तो ऑन स्क्रीन उन्होंने निभा सकते हो। एक और सवाल ये पर्सनली है कि अपने किरदार के नाल कि मैं इतना खेल लेने हो इतना टैलेंट किधरों आया? ये कृपा बाबे नानक दी टैलेंट तो हाले बहुत पिछे हैं सी बस जो ड्यूटी लगी है आई ट्राई टू गिव माई 100% आई वर्क विद प्रॉपर ऑनेस्टी सो मैं खुशकिस्मत हाँ कि एवरीबडी इज लाइकिंग मी एज एन एक्टर। इस फिल्म दे विच किदा दा मतलब रिहा किरदार ते नाल ही एक्सपीरियंस किदा दा रहा क्योंकि कुलविंदर बिल्ला जी सिंगर टर्न एक्टर ने ते कई फिल्मां कर चुके ने ते नाल ही इस बार वो भी एक्सपेरिमेंट कर रहे ने पुलिस वाली वर्दी है ते नाल तनरोज फर्स्ट टाइम आ रहे ने इंडस्ट्री दे विच किदा दा रहा ओवरऑल एक्सपीरियंस? वधिया एक्सपीरियंस हीगा तनरोज एज अ न्यू पर्सन आई बिलीव कि उन्हें काफ़ी मेहनत की है उन्हें काफ़ी वधिया ट्रेनिंग की है उन प्रॉपर वर्कशॉप्स करके उन्हें आगे काम किया सो मैंने लिटरली ये फील नहीं होया कि नवा मुंडा सो बट किते किते हाँ फील हुंदा सी बट वी ऑलवेज यूज टू यू नो अंडरस्टैंड ईच अदर एंड काफ़ी सोहना काम किया उन्हें तो कुलविंदर बिल्ला जी नाल भी काम करके मज़ा आया बाकी सुखमिंदर धंजल जी साडे डायरैक्टर जिहड़े ने इज़ अ जीनियस सो इज़ बीन वर्किंग फॉर मैनी ईयर्स नाउ तो सोहनी फिल्म बनाई उन्होंने इन्ना काम कर लिया इन्ना काम कर भी रहे हो लगातार बैक टू बैक एडिट फिल्मा भी दे रहे हो कोई अजिहा गोल जिससे ऊपर निशाना लगाना हजे भी पेंडिंग है लग रहा है तुहानू कोई? हॉलीवुड इंग्लिश मूवीज ऑल द बेस्ट आस करते हैं कि हॉलीवुड विच भी जाके तुसी इस तरह धुम्मा पाओ ते बहुत बहुत मुबारक तुहाडे इस फिल्म लई अपकमिंग प्रोजेक्ट तो दस्सो देयर आर कपल ऑफ मेरी अपनी होम प्रोडक्शन मेरा बाबा नानक आ रही है शायद नैक्सट मंथ आप अनाउंस करांगे डेट दैन निडर आ रही है एक पंजाबी फिल्म एक नवी फिल्म की शूटिंग परसों तो शुरू हो रही है मैं ना नहीं रिवील कर सकता एक तेलुगु फिल्म 22 रेडी टू रिलीज़ है मे बी फैबररी आऊगी एक तेलुगु फिल्म एजेंट की शूट चल रही है एक हॉट स्टार ली हुणे वैब सीरीज 16 तरीक नूं कंप्लीट की है 2.5 महीने का स्कैड्यूल सी उहदा ते उह छेती हॉट स्टार ते रिलीज़ होगी। बहुत बहुत शुक्रिया ते आस अरदास करते हैं मुड़ तो जल्द ही तुहाडे नाल मिलिए। सो हुण साडे नाल ने क्यूटीफाई भावना शर्मा। हाय भावना। हेलो जी सारिआं नूं मेरे वल्लों प्यार भरी सति श्री अकाल। की हाल चाल? ऑल गुड हाउ आर यू? फाइन। ते फीलिंग किदां दी इस टाइम? फीलिंग मिक्सड है एक्साइटमेंट भी है नर्वसनैस भी है ਜਿਵੇਂ ਸਕੂਲ 'ਚ ਇਗਜ਼ਾਮਸ ਹੁੰਦੇ ਸੀ ਨਾ ਉਵੇਂ ਦੀ ਫੀਲਿੰਗਸ ਇਹ ਵੀ ਪਤਾ ਨਹੀਂ ਹੁਣ ਦੇਖਾਂਗੇ ਸਕਰੀਨ 'ਤੇ ਵੀ ਕੀ ਕੰਮ ਕੀਤਾ ਹੈ ਕਿਹੋ ਜਿਹਾ ਕੀਤਾ ਹੈ ਤੋਂ ਲੈਟਸ ਸੀ। ਐਕਸ਼ਨ ਮੂਵੀ ਦੇ ਵਿੱਚ ਭਾਵਨਾ ਕਿਊਟ ਨਜ਼ਰ ਆਉਣ ਵਾਲੇ ਨੇ ਜਾਂ ਫਿਰ ਐਕਸ਼ਨ ਕਰਨ ਵਾਲੇ ਨੇ? ਨਹੀਂ ਮੈਂ ਕਿਊਟ ਹੀ ਨਜ਼ਰ ਆਉਂਗੀ ਰੋਮਕੋਮ ਮੇਰਾ ਉਹੀ ਪਾਰਟ ਹੈ। ਐਕਸ਼ਨ ਲਈ ਅਸੀਂ ਹੋਰ ਟੀਮ ਰੱਖੀ ਹੋਈ ਹੈ ਐਕਸ਼ਨ ਉਹਨਾਂ ਦੇ ਹਿੱਸੇ ਆਏ ਮੇਰੇ ਹਿੱਸੇ ਨਹੀਂ ਆਇਆ ਅਤੇ ਬਾਕੀ ਐਕਸ਼ਨ ਬਹੁਤ ਵਧੀਆ ਹੈ ਬਹੁਤ ਡਿਫਰੈਂਟ ਕਨਸੈਪਟ ਹੈ ਬਹੁਤ ਯੂਨੀਕ ਕਨਸੈਪਟ ਹੈ ਕਾਫੀ ਵੇਰੀਏਸ਼ਨ ਹੈ ਬਹੁਤ ਵਰਸਟਾਈਲ ਚੀਜ਼ਾਂ ਹੈ ਅਤੇ ਲੋਕਾਂ ਨੂੰ ਕਾਫੀ ਪਸੰਦ ਆਏਗਾ। ਭਾਵਨਾ ਕਈ ਵਾਰੀ ਹੁੰਦਾ ਨਾ ਕਿ ਕਈ ਫਿਲਮਾਂ ਤੋਂ ਬਾਅਦ ਕਈ ਆਡੀਸ਼ਨਸ ਤੋਂ ਬਾਅਦ ਬੰਦਾ ਪ੍ਰਿਪੇਅਰ ਹੋ ਜਾਂਦਾ ਹਰ ਇੱਕ ਸਿਚੁਏਸ਼ਨ ਲਈ ਇਸ ਟਾਈਮ ਜਦ ਤੁਸੀਂ ਘਰੋਂ ਤੁਰਨਾ ਸੀ ਸਭ ਤੋਂ ਪਹਿਲਾਂ ਕੀ ਫੀਲਿੰਗ ਆਈ ਸੀ ਕਿ ਨਹੀਂ ਬਈ ਅੱਜ ਤਾਂ ਮੂਵੀ ਰਿਲੀਜ਼ ਹੋਣੀ ਹੈ ਮੇਰੀ ਕਿਸ ਤਰ੍ਹਾਂ ਦੀ ਫੀਲਿੰਗ? ਮੈਂ ਉਹੀ ਕਹਿ ਰਹੀ ਹਾਂ ਫੀਲਿੰਗਸ ਬਹੁਤ ਮਿਕਸ ਸੀਗੀਆਂ ਮੈਂ ਬਹੁਤ ਜ਼ਿਆਦਾ ਐਕਸਾਈਟਿਡ ਸੀ ਕਿਤੇ ਨਾ ਕਿਤੇ ਨਰਵਸ ਵੀ ਹਾਂ ਵੀ ਡੈਬਿਊ ਫਿਲਮ ਹੈ ਕੋਸ਼ਿਸ਼ ਤਾਂ ਆਪਣੇ ਵੱਲੋਂ ਪੂਰੀ ਕੀਤੀ ਹੈ ਹੁਣ ਦੇਖੋ ਆਡੀਅੰਸ ਦਾ ਕੀ ਰਿਸਪੋਂਸ ਆਉਂਦਾ ਹੈ। ਰਿਐਕਸ਼ਨ ਹੈ ਸਭ ਤੋਂ ਪਹਿਲਾਂ ਫੈਮਿਲੀ ਦਾ ਰਿਐਕਸ਼ਨ ਬਹੁਤ ਵਧੀਆ ਹੈ ਲਾਈਕ ਸਾਰੇ ਬਹੁਤ ਐਕਸਾਈਟਿਡ ਹੈ ਮੇਰੇ ਪੇਰੈਂਟਸ ਅੱਜ ਮੇਰੇ ਪਾਪਾ ਮੇਰੇ ਨਾਲ ਆਏ ਹੈ ਮੇਰੀ ਫਰੈਂਡਸ ਮੇਰੀ ਫਰੈਂਡਸ ਬਹੁਤ ਐਕਸਾਈਟਿਡ ਹੈ ਸਭ ਮੇਰੇ ਨਾਲ ਆਏ ਹੈ ਅੱਜ ਅਤੇ ਸਾਰੇ ਬਹੁਤ ਦੇਰ ਤੋਂ ਵੇਟ ਕਰ ਰਹੇ ਸੀ ਕੋਵਿਡ ਕਾਰਨ ਚੀਜ਼ਾਂ ਸਲੋ ਹੋ ਗਈਆਂ ਸੀ ਬਟ ਅੱਜ ਫਾਈਨਲ ਉਹ ਡੇ ਹੈ ਜਿਹਦੇ ਲਈ ਇੰਨੀ ਮਿਹਨਤ ਕੀਤੀ ਹੈ ਅਤੇ ਆਡੀਅੰਸ ਇਸ ਨੂੰ ਪਿਆਰ ਦੇਣ ਸਾਡੀ ਫਿਲਮ 25 November ਨੂੰ ਤੁਹਾਡੀ ਸਭ ਦੀ ਹੋ ਜਾਏਗੀ ਅਤੇ ਲੈਟਸ ਸੀ ਵਾਟ ਇਜ਼ ਦ ਰਿਸਪੋਂਸ ਆਫ ਦ ਆਡੀਅੰਸ। ਵਾਟਸ ਫੋਰ ਨੈਕਸਟ? ਅਗਲੀ ਕਿਸ ਤਰ੍ਹਾਂ ਦੀ ਫਿਲਮ ਕਰਨਾ ਚਾਹੂੰਗੀ? ਇਹ ਐਕਸ਼ਨ ਸੀਗੀ ਅਤੇ ਅਗਲੀ ਮੈਂ ਕੋਈ ਰੋਮਾਂਟਿਕ ਫਿਲਮ ਕਰਨਾ ਚਾਹੂੰਗੀ। ਕੋਮੇਡੀ ਲੋਕਾਂ ਨੂੰ ਬਹੁਤ ਪਸੰਦ ਆਉਂਦੀ ਹੈ ਲਾਈਕ ਜੇ ਅੱਛੀ ਕੋਮੇਡੀ ਹੋਈ ਅਤੇ ਰੋਮਕੋਮਸ ਹੀ ਕਰਨੀ ਚਾਹੂੰਗੀ। ਓ ਮਾਈ ਗੋਡ ਆਲ ਦਾ ਬੈਸਟ ਔਰ ਇਸੇ ਤਰ੍ਹਾਂ ਮੂਵੀ ਦੇਖ ਕੇ ਔਰ ਫਟਾਫਟ ਆਪਣੇ ਰਿਵਿਊ ਵੀ ਸ਼ੇਅਰ ਕਰੋ ਅਤੇ ਇਸੇ ਤਰ੍ਹਾਂ ਤੱਕੇ ਕਰਦੇ ਰਹੋ। ਧੰਨਵਾਦ। ਦੇਖੋ ਜੀ ਸਾਨੂੰ ਲੱਗਦਾ ਅਸੀਂ ਫਿਲਮ ਬਣਾਉਣ ਵੇਲੇ ਉਦੋਂ ਆਪਣਾ ਆਪਣਾ ਸੀਨ ਦੇਖਿਆ ਜਾਂਦਾ ਖਾਸ ਕਰਕੇ ਪਰ ਅੱਜ ਜਦੋਂ ਅਸੀਂ ਇਹ ਫਿਲਮ ਦੇਖੀ ਤਾਂ ਮੈਨੂੰ ਖਾਸ ਕਰਕੇ ਅਤੇ ਮੇਰੇ ਨਾਲ ਜੋ ਮੇਰੇ ਦੋਸਤ ਮਿੱਤਰ ਆਏ ਅਤੇ ਬਹੁਤ ਵਧੀਆ ਫਿਲਮ ਬਣਾਈ ਡਾਕਟਰ ਸਾਹਿਬ ਦੀ
ਤੇ ਸਾਡੀ ਸਾਰਿਆਂ ਦੀ ਮਿਹਨਤ ਆਈ ਥਿੰਕ ਸਫਲ ਵੀ ਲੱਗਦੀ ਹੈ। ਰੀਜ਼ਨ ਕੀ ਇੱਕ ਇਹ ਫਿਲਮ ਜੋ ਅਸੀਂ ਬਣਾਈ ਹੈ ਕਿਸੇ ਮੁੱਦਿਆਂ ਤੇ ਫਿਲਮ ਬਣਾਈ ਹੈ, ਇੰਟਰਟੇਨਮੈਂਟ ਦੇ ਨਾਲ ਨਾਲ ਇਸ ਫਿਲਮ ਦੇ ਵਿੱਚ ਬਹੁਤ ਚੰਗੇ ਮੈਸੇਜ ਵੀ ਨੇ, ਫਿਰ ਤੋਂ ਜੋ ਕਿ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣ ਦੇ ਮੈਸੇਜ ਨੇਗੇ। ਤੇ ਆਈ ਥਿੰਕ ਮੈਨੂੰ ਲੱਗਦਾ ਸਾਡੀ ਸਾਰੀ ਟੀਮ ਇਸ ਲਈ ਕਾਮਯਾਬ ਹੈ ਕਿ ਸਾਡਾ ਨਿਸ਼ਾਨਾ 25 ਨਵੰਬਰ ਨੂੰ ਜ਼ਰੂਰ ਲੱਗੂਗਾ ਹੀ ਲੱਗੂਗਾ ਜੀ। मेहनत करनी थी फिल्म जैसी डायरेक्टर साहब ने बनानी थी या प्रोड्यूसर साहब ने जिन्ना खर्चा करके सिनेमा बनाया ये हुण तुसीं देख लिया हूँ तुम ये बारे दसो या प्रेस च लिखो या सवेरे अखबारों च कहो या टीवी पर दिखाओ कि थोनू किस तरह मिल गया। बिल्कुल असी ने मेहनत की है, अच्छे सारा प्रेस मीडिया है, तुसी ने दसना जो तुम्हें चंकी लगी तो चंगा दस्यो जो माड़ी लगी तो माड़ी दस्यो, पर आई थिंक मैनू लगता कि तुम्हें चंकी ही लगी होगी। जेड़ा फिल्म जे कलाकार होंगे ने चाहे बैकग्राउंड हो डायरेक्शन टीम हो टैक्निकल हो उन्होंने तो बहुत जोर ला के काम किया होंगे और किया होंगे ऑडियंस वास्ते थोड़े वास्ते, बस तुम दस्यो कल फिल्म थोड़ी कहीं नहीं लगी। बाकी बहुत खुशी है रोज का जरा ब्रेक होया बहुत अच्छा, यदा डेब्यू बहुत अच्छा हो हिस्सा नहीं है पर मैं परिवारिक हिस्सा सारे का सारी कुलविंदर और सरोज भाई ने मुलाकात हुई सरू जो अभी वेखते बड़े हुए हैं भावना हो गए तो गुगू गिल साहब जो सब ने तो बहुत वधिया एक मीनिंगफुल सिनेमा थोड़ी वोट की की वैल्यू है वो भी थोड़ा पता लगेगा कि डॉरी सिस्टम की गल हुई है नशे के खिलाफ गल हुई है सो एक परिवार बह के फिल्म देखूगा और नौजवान पीढ़ी जरूर इतों कुछ ना कुछ सीखूगी तो जरूर हाथ बन के बेनती है परिवार जरूर आने कि फिल्म लगी बाकी दस दिया जी। डायरेक्टर साहब हाँ जी हाँ जी हाँ जी सुखी साहब कैप्टन ऑफ द शिप ईमानदारी मैसेज सारे लोगों को पहुंचाओ कि आप वाकई चाहते हैं पंजाबी सिनेमा नैक्सट लैवल से जाए पंजाबी सिनेमा टैक्निकली स्क्रिप्ट वाइज ਰੋ ਕਰੇ ਤਾਂ ਤੁਸੀਂ ਸਾਰੇ ਜਾਣੇ ਮਤਲਬ ਲੋਕਾਂ ਨੂੰ ਅਪੀਲ ਕਰੋ ਕਿ 25 ਤਰੀਕ ਨੂੰ ਆਉਣ ਸਾਡੇ ਨਿਸ਼ਾਨੇ ਨੂੰ ਅਗਰ ਉਹ ਸਕਸੈਸ ਕਰਦੇ ਤਾਂ ਅੱਗੇ ਅਗਲਾ ਨਿਸ਼ਾਨਾ ਇਤੋਂ ਵੀ ਵੱਡਾ ਲਾਉਂ। ਨਸ਼ਿਆਂ ਦੇ ਉੱਤੇ ਫਿਲਮ ਬਣਾਈ ਗਈ ਹੈ ਪੰਜਾਬ 'ਚ ਹੋਰ ਕਿਹੜੇ ਕਿਹੜੇ ਐਸੇ ਮੁੱਦੇ ਹੈ ਜਿੱਥੇ ਲੱਗਦਾ ਹੈ ਕਿ ਇੱਥੇ ਫਿਲਮਾਂ ਬਣਨੀਆਂ ਚਾਹੀਦੀਆਂ? ਪੰਜਾਬ ਦੇ ਬਹੁਤ ਮੁੱਦੇ ਨੇ ਬਹੁਤ ਮੁੱਦੇ ਨੇ ਗੱਲਾ ਮੁੱਦਾ ਜਦੋਂ ਸੇ ਤੁਸੀਂ ਫਿਲਮ ਦੇ ਬਾਅਦ ਨਸ਼ਾ ਹੀ ਆ ਪਰ ਇਸ ਫਿਲਮ ਦੇ ਵਿੱਚ ਆਪਾਂ ਦੇਖਿਆ ਗਿਆ ਕਿ ਜੋ ਅਸੀਂ ਜਿਹੜੇ ਹੈਗੇ ਆ ਉਹ ਬੇਰੁਜ਼ਗਾਰਾਂਗੇ ਤੇ ਇਹਦੇ ਵਿੱਚ ਡੋਰੀ ਦੀ ਵੀ ਗੱਲ ਕੀਤੀ ਗਈ ਹੈ ਨਸ਼ਿਆਂ ਦੀ ਵੀ ਗੱਲ ਕੀਤੀ ਗਈ ਹੈ ਜਾਤਪਾਤ ਨੂੰ ਤੇ ਵੰਡਿਆ ਗਿਆ ਕਈ ਹਾਂ ਕਈ ਤਰ੍ਹਾਂ ਦੇ ਮੁੱਦੇ ਹੈਗੇ ਨੇ ਜੋ ਤੁਸੀਂ ਨੇ ਤਾਂ ਫਿਲਮ ਦੇਖਿਆ ਤੁਹਾਨੂੰ ਤਾਂ ਪਤਾ ਹੈ ਇਹ ਮੈਸੇਜ ਤੁਸੀਂ ਨੇ ਦੱਸਣਾ ਆਬਵੀਅਸ ਨੂੰ ਕਿ 25 ਨਵੰਬਰ ਨੂੰ ਕਿਉਂ ਫਿਲਮ ਦੇਖਣੀ ਹੈ ਕਿਉਂ ਫਿਲਮ ਦੇਖਣੀ ਹੈ ਕਿਉਂਕਿ ਇਸ ਫਿਲਮ ਦੇ ਵਿੱਚ ਉਹ ਮੁੱਦਿਆਂ ਦੇ ਉੱਤੇ ਫਿਲਮ ਲਾਈ ਗਈ ਹੈ ਜੋ ਕਿ ਅਸੀਂ ਪੰਜਾਬ ਦੇ ਵਿੱਚ ਸਾਰੇ ਗੱਲਾਂ ਕਰਦੇ ਹਾਂ ਕਿ ਆਹ ਮੁੱਦਿਆਂ ਨਾਲ ਅਸੀਂ ਜੂਝ ਰਹੇ ਹਾਂ ਤੇ ਇੰਟਰਟੇਨਮੈਂਟ ਵੀ ਹੈ ਤੁਸੀਂ ਨੇ ਐਕਸ਼ਨ ਦੇਖਿਆ ਫਸਟ ਟਾਈਮ ਪੰਜਾਬੀ ਸਿਨੇਮੇ ਦੇ ਵਿੱਚ ਮੈਂ ਤਾਂ ਬਹੁਤ ਸਾਰੀਆਂ ਫਿਲਮਾਂ ਦੇਖੀਆਂ ਨਹੀਂ ਹੈ ਪਰ ਡਾਇਰੈਕਟਰ ਸਾਹਿਬ ਨੇ ਤੇ ਸਾਡੇ ਪ੍ਰੋਡਿਊਸਰ ਸਾਹਿਬ ਨੇ ਬੜੀ ਮਿਹਨਤ ਨਾਲ ਸਾਊਥ ਦੇ ਆਰਟਿਸਟ ਜੋ ਐਕਸ਼ਨ ਦੇ ਕਮਾਲ ਦੇ ਬਾ ਕਮਾਲ ਦਾ ਸਾਹਿਬ ਨੂੰ ਮੈਨੂੰ ਵੀ ਇਹ ਲੱਗਦਾ ਹੁੰਦਾ ਜਦੋਂ ਮੈਂ ਸਾਊਥ ਦੀਆਂ ਫਿਲਮਾਂ ਦੇਖਦਾ ਸੀਗਾ ਵੀ ਕਿਸੇ ਨੇ ਮੁੱਕੀ ਮਾਰ ਗਿਆ ਬੰਦਾ ਕਿਵੇਂ ਡਰ ਜਾਵੇ ਪਰ ਉਹ ਅਸੀਂ ਮੈਂ ਖੁਦ ਆਪਣੇ ਆਪ ਅੱਜ ਮਾ ਕੇ ਮੈਨੂੰ ਬਹੁਤ ਚੰਗਾ ਲੱਗਿਆ ਸਾਨੂੰ ਸਾਰਿਆਂ ਨੂੰ। थैंक यू सो मच निशाना 25 नवंबर सारे देखे।
गाइस निशाना मूवी दी स्क्रीनिंग ते आपां पहुंचे हां ते निशाना कॉन्सेप्ट ना बहुत यूनिक है, फर्स्ट टाइम सुनिया है, बट निशाने नूं देख के बहुत सारियां गल्लां दिमाग दे विच आउंदियां ने। सब तो पहला सवाल तो यह कि कॉन्सेप्ट की होण वाला है, क्योंकि निशाना हर बॉलीवुड इंडस्ट्री दे विच फिल्मां बनदियां ते वखरा वखरा निशाना लांदियां सारे दर्शकां दे दिलां ते, ते इह फिल्म निशाना हुण किहड़े टॉपिक ते किहड़े मुद्दे ते निशाना लाण जा रही है इह सानूं दसणगे। सोहिल जी सति श्री अकाल। सति श्री अकाल जी, की हाल चाल ने? बहुत वधिया जी। चढ़दी कला? हाँ जी चढ़दी कला जी। बहुत बहुत मुबारक, अज फिल्म दे स्क्रीनिंग ते आए हो, रौनक ही रौनक हर पासे नजर आ रही है। थैंक यू, थैंक यू, थैंक यू। सो कॉन्सेप्ट जिवें कि मैं हुण स्टार्ट कीता हां कि कॉन्सेप्ट किवें माइंड दे विच आया ते दशा की रही है? कंसैप्ट एक दिखाया भी दो शरारती मुंडे पिंड के भी जिन्हों दुनिया बेलड़ ते निकम्मे समझती आ, असल में उन्होंने कोई रेंज नहीं होंगी क्योंकि वह बेलगाम घोड़े होंगे आ। जब फिर उन्होंने कोई निशाना लगता आ तो फिर वह बेलड़ कहने वाली दुनिया फिर खड़ खड़ देखती, तो यही थोनू इस साड़ी मूवी में देखने मिले। जे मैं गलत ना होवां थीम तुहाडे तो शुरू होया, माइंड दे विच किवें आया कि मतलब इस थीम पर कुछ करना चाहिए? स्थीम तो हुण तुसीं पिक्चर हुण देखोगे तो अपने पता लग जू, तो बाकी साडे डायरैक्टर साहब ने बहुत वधिया इस नूं जाणी की कीता डायरैक्ट, तो साडे प्रोड्यूसर साहब आरसी जी ने दिल खोल के पैसा लाया, तो भी मैं सोचा नहीं सी भी मेरे इस स्टोरी के उत्ते भी एड्डा वड्डा जाणी की मनार खड़ा हो जूगा। हाँ बिल्कुल, मेरे दोस्त ही फिल्म सपोर्टता करेंगे। तुहानू जद तुसी फर्स्ट टाइम कॉन्सेप्ट इना तो सुनया सी निशाना की आया सी फर्स्ट टाइम दिमाग दे? देखो कॉन्सेप्ट ता सी मतलब 5 साल पहले ही सी डिस्कस कीता सीगा स्टोरी बारे, एक्चुअली बड़ी लंबी स्टोरी है बट जदों निशाने दी गल सुनी है ना पता सीगा टिकाणे ते जाके लगूगा। ठीक है, बहुत अच्छा कॉन्सेप्ट है, देखना चाहिए। और सब तो वड्डी गल है ना जिहड़ा फिल्म दे विच जिहड़ा टैक्निकली भी बहुत स्ट्रोंग फिल्म है, एक्शन बहुत अच्छा है, फैंटम ते होया काम, फैंटम मतलब बहुत महंगा कैमरा, ठीक है, इतने पंजाब यूज नहीं होया, होया होगा बहुत घट होया होगा, एक्शन चेन्नई तो है सारा, मतलब हाई जिदा एक फिल्म की कलर कलैक्शन भी है वो भी चेन्नई तो है, जिन्होंने बाहुबली वगैरह फिल्मा की उन्होंने जरूर देखना चाहिए, उन्होंने यूनिक कंसैप्ट मिलेगा थोड़ा जहाँ। बिल्कुल, क्योंकि असी ना ट्रेलर वॉच आउट किया बहुत ज़्यादा यूनिक लग रहा है, तो एक्शन की जो गल करिए ना साउथ फिल्मा कितने ना कि टक्कर भी दे रही है, बट सब तो वही गल है कि स्टोरी वही है इस पिछे जरूर जानना चाहोंगे हजे हैगा टाइम। देखो पता की गल है कि स्टोरी जिन्नी मर्जी अच्छी हो, स्टोरी तो नो डाउट अच्छी है, पर डायरेक्टर के हाथ हों कि तोड़ना तो मड़ोड़ना, ठीक है, वह स्क्रीन प्ले किमें करना, शॉट किमें चकना, डायलॉग किमें फिल करने हैं, जा रिजैक्शन सिलैक्शन, आर्टिस्ट की चॉइस, आर्टिस्ट कि फिट बैठता ठीक है ना, तो डायरैक्टर जो धंजल साहब बहुत एक्सपीरियंस ने, इन्होंने पहला फिल्म ब्लैक भी हिट गई है, ठीक है, तो इन्होंने बहुत अच्छा काम किया वा जी ना, सूँ तो पता स्टूडियो सारा कि शूटते भी रहे सारा, मैं पता नॉलेज है कि सारी, तो बहुत अच्छा काम होया, देखने वाली फिल्म आ, मतलब इदा की फिल्म पंजाब कह देंगे लोग कि आई नहीं होनी वो, पर एक्शन यूनिक मिलेगा, मतलब मेरे ख्याल 50 मिनट के करीब 45 मिनट के करीब एक्शन एक्शन है सर फिल्म में। नहीं मैं 5 साल पिछे की गल करी, 5 साल पिछे जब तुम फर्स्ट टाइम इन्होंने मूहों सुनिया कॉन्सैप्ट लैके है ना, फिर कि मतलब माइंड के चीज़ा आदि ने कि बई कॉन्सैप्ट असी डिसाइड कर लिया, थीम भी डिसाइड कर लिया, चलो बई साढ़े प्रोड्यूसर साहब भी अरेंज हो गए, बट ड्यूरिंग शूट वगैरह कि औकड़ा ज माइंड के उस टाइम आ रहे सवाल कि बई इन्हों अगे जाके किवें करांगे किवें होएगा ये सारा? एक्चुअली की सी भी 2018 के विच असी ये स्क्रिप्ट लैके गए सी बॉम्बे सुखविंदर धंजल जी को, जब उन्होंने स्क्रिप्ट पढ़ी वो कहिंदे चमकौर भी ये तेरा कॉन्टेंट वड्डा आ भी क्यों ना आपां नूं कोई वड्डा काम कर लिए, मैं चलो कोई नहीं भाई तुसीं मेरे वड्डे हो भी जिद्दां तुहानूं ठीक लगता, तो फिर उन्होंने आ फिल्म बनाई, तो बाकी बहुत वड्डी मैं कदे सोचा नहीं सी भी इन्ना कुछ हो जू, भी बहुत सोहणा काम कीता भाजी ने, तो बस हुण तुसीं मूवी देख के दस्यो, ते बाकी 25 नवंबर नूं साडी फिल्म रिलीज़ हो रही है हाल वर्ल्ड, ते सारयां ने हुंब हुंबा के देखणी आ, ते मैं तां इह कहिंदा ऑडियंस नूं तुहाडे मीडिया दे राहीं वी तुहाडे प्यार दा बालण साडी इस निशाना मूवी नूं प्यार भरिया निग यारा दी यारी इत्थे नज़र आ रही है, तुहाडे इस बार की फीलिंग है? इह कंसैप्ट हैगा भी यारां दा ही है, दो दोस्तां दा ही है, साडी भी दोस्त, एक्चुअली असीं सोचा सीगा किसे टाइम असीं अपने प्रोडक्शन च फिल्म बणावांगे किसे वेले, पर वो ना कि बजट मैटर करता कि नहीं, साढ़े को जिदा धंजल साहब न मिले है उन्होंने कहा कि अच्छे लैवल से बना सकते हैं, बजट ज़्यादा लगेगा क्योंकि एक्शन चाहिए सारा, तो मैं क्या चलो ठीक है फिल्म आनी चाहिए बार, चाहे एज ए प्रोड्यूसर आ जाए, चाहे एज ए डायरैक्टर आ जाए, चाहे एज ए राइटर आ जाए, राइटर सब तो बेस्ट है क्योंकि स्टोरी इन्हों की लिखी है, ठीक है ना, पर यह है कि बहुत मेहनत करते लोग लिखते भी अच्छा भी लिखते हैं, पर परमात्मा की रहमत तो बिना चीज़ा सामने नहीं आदि कई बार, ये परमात्मा की रहमत, तो कहते ना
दरिया दिली कह दो, प्यार दे दो, तंजल साहब डायरेक्टर है, इन्हों की बदलो सारा कुछ। एक सवाल ये भी मेरे माइंड के हूँ आ रहा है, क्योंकि जिम्मे कि पंजाबी फिल्मों के कह सकते हैं एंटरटेनमेंट की खान है साड़ी पंजाबी इंडस्ट्री, बट कि ना कि राइटर्स जोड़े अजक बेसिकली कई उनका स्टोरीज भी लिखते हैं, तो उस चीज़ के जाके कंपटीशन बहुत ज़्यादा तगड़ा देखने को मिलता, तो राइटर के दिमाग के होंगे जो वह कोई कंसैप्ट न्यू लैके आने की कोशिश करते हैं, राइट करते हैं, कि चीज़ा उस टाइम दिमाग में चल रही होंदिया ने, तो कि चीज़ों को ध्यान रख के अपनी स्टोरी अगे तोड़ते हैं। स्क्रिप्ट आप लिखते हैं तो एक एक्ट्रेस में ही लैके रखते हैं, भी हूँ अपने पंजाब माहौल हैगा सिंगर का, तो इस फिल्म में तुम देखोगे सिंगर भी है, चलो कुलविंदर बिल्ला जी ने बहुत अच्छा काम किया, वो थोनों वो एक सिंगर नहीं नज़र, एक बहुत वधिया आर्टिस्ट नज़र आ भी ये जानी कि फिल्म जानी साढ़े धंजल साहब किसी गल ना कंप्रोमाइज़ नहीं करते, अगर उन्होंने जो चाहिए उ चाहिए ना, उन्होंने उस टाइम किसी एक्टर की सुननी है ना, राइटर की ना प्रोड्यूसर की, भी वो जो उन्होंने स्क्रीन प्ले दिमाग च बन गया उन्होंने उही चाहिए, भी ये थोड़ा इस फिल्म में उन्होंने मेहनत देखने नज़र आ। सैट पे कभी गए हो शूट के दौरान? देखो पता गल की है, मैं ना दिमाग इन्ना जबरदस्त सैट बना लैंना, मेरा शौक आ मैं जीना फिल्म के लिए, मेरा जरा इमेजिनेशन थोड़ी स्ट्रोंग है, फिल्म तो लिखी तो मतलब नाल बैठ बैठ के लिखी है, असं तो दस ना सोचा कि कभी खुद करा पर ना चलो नहीं संभव बन पाया। देखो प्रोजेक्ट बाहर आना चाहिए हर हाल, ठीक है, तो दसते रहते हर गल के सैट इदा 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 सारी कली कली गल है, मैंने मेरी नॉलेज से किस तरह शूट हो रही है, जो दस ना कैमरे इस लेवल के फैंटम तैयार है, मैं यार कमाल है यार, फिर चेन्नई तो हो रहा एक्शन, मैं यार वाह कमाल होजूगा फिल्म च, फिर मैं जो ट्रेलर देखा मैं भाजी हाँ जी ओके है, तू देखो फिल्म देखो ना तो फ्रेम अलग लगे, सीसी कलर करैक्शन जिन्होंने कहते भी अलग लगेंगे, 45 स्टंटमैन तो इस जानी चेन्नई तो एक्शन करना है इसे जिदा कि जो फैंटन कैमरा रोज का जानी 1.5-1.5 लाख रुपया वह रेंट रेंट ही है, तो वह देख लो 45 दिन ही साढ़े एक्शन लगे आ, जाने कि तुम फिल्म देखोगे आपे पता लगो भी हाँ भी कोई ठीक है लैंग्वेज वालों साबी हो, लेकिन चेन्नई को घटन होर की चाहिए है इंडस्ट्री के नवे नवे कॉन्सैप्ट आन, तुहाडे तो भी यही सेम सवाल है कि जब एक राइटर अपने फिल्म लिए सोचते हैं तो कैड़िया चीज़ा उस टाइम दिमाग के होंदिया ने, कि मतलब पहलू नाल गुजर के तुम अगे बढ़ते हो तो फिर उस तो बाद इस तरह के कॉन्सैप्ट सू देखने जोड़ा ना राइटर हों ना ख्याल के समुद्र च डुब जाता, उतो मोती चक के लैके आता कोई अलग अलग तरह के, कई बार वो सिप्पी निकलती है, कई बार पीला मोती निकलता या अलग तरह के कहते ना अलग अलग मोती निकलते हैं, पर कई बार मोती प्यारा होंगे वो जे बंदा इश्क चा तो आशकी की फिल्म लिख दिता, जे कई बार बंदा मूड चा एक्शन के मूड चा बॉडी बोलता यार आई एम फीलिंग ऑसम तो वो की करता बंदा फिर निशाने वर्गी फिल्म कट दिता, बस उ समुद्र से गए हुए थे तो बॉडी एक्टिव से दिमाग एक्टिव सगा शरारत जिन मन भरया हुआ तो पूरा आला मोती चक लिया इन्होंने, पर मैं भी इतना मेरी फिल्म काफ़ी लिखिया हुई बट गल मैं यही सोचता पहला मैं देखो ये सोचता कि यार मैं किस कोई फिल्म लिखनी है ये मैं अपने लिए बिल्कुल नहीं लिखनी, लोगों को मज़ा आना चाहिए, स्टोरी अलग एक अच्छी होना अलग चीज़ है, पर जे वह स्क्रीन प्ले वीक है ना, जे जो डायलॉग अच्छे नहीं है तो फिल्म जिनी मर्जी अच्छी हो फिल्म अच्छी नहीं बन सकती। तीन चीज़ा होंगे फिल्म लिए मेन स्टोरी, नंबर वन स्टोरी तो इंपॉर्टेंट स्क्रीन प्ले, डायलॉग्स डायलॉग्स बाद एक्टर अच्छे होने चाहिए आ, फिल्म ना जिम्मे क्रिकेट टीम होंगी कल बंद नहीं चलती, इस तरह फिल्म ना जो कह दो ना कि कला राइटर जिनी मर्जी अच्छी लिखते बट डायरैक्टर एक्टर जो को एक्टर्स है सारे से डिपेंड करते हैं, ठीक है ना, जो फिल्म उन्होंने हिट जाती है तो सारे ही सैलीब्रेट करते हैं और उम्मीद है कि जल्दी सैलीब्रेशन देखने को मिलेगी, भाई होर तरक्की पहुँचे तरक्की करेंगे, ठीक है, थोड़ी बेस्ट विशेज सानू नाल चाहिए हर वे, बिल्कुल बिल्कुल साड़ी शुभकामनाएं थोड़े नाल है, बट हाँ दोवे यारा दी यारी हूँ अगला केड़ा कमाल करन वाली है की जो की इस मूवी दे विच जो साडा लो बजट सी असी उस मूवी दे विच दोनों ने हीरो होना सी, ते चलो जो महाराज नु मंजूर आ किस्मत नु कोई नहीं अगे सी एक बारी चलो एक पैर रखण नु थां मिल गया इंडस्ट्री दे विच, बहुत खुश है सानू अफसोस नहीं है, बहुत खुश है, देखो पता गल है छोटे मोटे डायरेक्टर नहीं है तंजल साहब और छोटा मोटा कोई बजट नहीं है फिल्म का, किन्ना बड़ा मेरे का 8 करोड़ बजट बजट है फिल्म का, वो छोटी बजट नहीं है, ठीक है फिल्म अच्छी आनी चाहिए, देखो गल पता की है रब जो करता वधिया करता और असं बहुत खुश हैं, कोई इदा दी गल नहीं, मेरी फिल्म लिखिया काफ़ी है परमात्मा ने चाहे वो भी जल्दी आ जानी फ्लोर से वर्क चल रहा, देखो हूँ पता गल की है मेहनत करके पैसा कमा जिनी नॉलेज जिनी जरूरत सी जिनी नॉलेज हैगी दिमाग चो उन्नी साढ़े लिए बहुत है, ठीक है ना, हूँ फिल्म ही करनी है, देखो अच्छी बननी चाहिए फिल्म चले ना चले बाद की गल है, थोड़ी आत्मा पता होना चाहिए मैं चीज़ बनाई है इस कि दम आ
मैं अपने काम ना किन्ना कि इंसाफ किया, परमात्मा देखता तुम हाजर नाजर उन्होंने होना। फिल्म थोड़ी हिट भी जाती तो पता यार, मैं गोलमाल है, बेकार है फिल्म यार, छड़ पब्लिक नहीं समझ आई। बट ना असी फिल्म अच्छी बनानी है, लोग दिलों कहना हाँ यार आह फिल्म है, यही एक डायरेक्टर की पछाण, यही एक्टर से एक राइटर की पछाण, यही है बस। बहुत बहुत शुभकामना, आज से अरदास करते हैं कि जल्द तो यारा की यारी मुड़ सानू देखने को मिले, तो धमाल करो तुसी इंडस्ट्री दे विच। भाई जिहड़े पिंड की गल की गई ना, उत्थे साफ नोटिस पाया गया है कि पुलिस ना ना मना, बट FIR दर्ज करवाउण लई भल्ला साहब आए ने, आओ इन्हां नाल गलबात करते हैं। सत श्री अकाल सर। सत श्री अकाल। बिजी हो? ना ना बेला, बिल्कुल हां मेरी फिल्म वधिया होवे, इहदे सारियां चीज़ां मिलणगियां तुहानूं, कॉमेडी भी है, एक्शन भी है, इमोशन भी है, सारा कुछ। ये बड़े सालों बाद एक पंजाबी फिल्म आ रही है जिहड़ा कुछ एक होर चेंज लैके आऊगी पंजाबी सिनेमे दे विच। स्पेशली मुंबई तो इस फिल्म को सपोर्ट करने आए हो, कि कुछ मतलब ऐसा देखने को मिला कि कई चीज़ें दिल से हिट करेगी, नहीं मैंने इतने जाना, मैं सपोर्ट करूँगा करूँगा। मैं ना एक तो मैं पंजाबी होने के नाते मेरा दिल करता मैं ज़्यादा से ज़्यादा पंजाबी फिल्में कराँ, तो मेरी जुबान है और मैं पंजाबी हूँ, मैं कल का आया इतने अपना पंजाब आया, मैं इन्ना चलो मैं नानके आया, जिम्मे इन्नी खुशी हो रही है मैं इवन नानके आया मैं अपने, मैं बार बार कहना मैं नानके बुलाते रहा करो, मैं आता रहा। तो बजट बुजट की कोई गल नहीं, कहूगा बनया भी बॉम्बे वाले बहुत पैसे मांगते हैं, जो थोड़ा होगा पंजाबी सिनेमा का बजट मैंने पता कि हूँ, ऐसी कोई गल नहीं, मैं तो बस सेवा करना चाहता, सेवादार है। सिनेमे नूं तुसीं हंडाया होया, इंडस्ट्री नूं पूरे हंडा के फिर अज इस मुकाम ते पहुंचे हो, किवें देख रहे हो कि कितना पिछड़िया होया जां फिर किस मुकाम ते हुण है साडी इंडस्ट्री? नहीं पिछड़े होया तो नहीं है, ऐसे ऐसी कोई गल नहीं, पिछड़न की कोई गल नहीं है, वधिया फिल्मां भी बन रही ने, लेकिन ज़्यादा बननिया शुरू हो गई सीगियां, लोगों नूं इक उह ना जिहड़ी क्यूरियोसिटी सी खत्म हो गई सी, मैनूं लगदा फिल्म मतलब रुक रुक के आना लोगों नूं क्रेज़ रहिंदा, इक हुण आऊगी फिल्म उहनूं देखांगे असां करके सब, ते उह अच्छी गल भी है क्योंकि प्रोड्यूसर का फायदा भी होना चाहिए ना, इस करके कह रहे हैं कि फिल्म वधिया बनन, पहली गल वधिया फिल्म होगी तो लोग जाणगे देखण वास्ते। किस तरह के कॉन्सैप्ट चाहते हो तुसीं कि साडी इंडस्ट्री दे विच आ? किदां आण? किस तरह के कॉन्सैप्ट चाहते हो तुसीं कि साडी इंडस्ट्री साफ सुथरी एक मैसेज देवे? थैंक यू। इन्हों का पहला सीगा, मैनू नहीं लगता कि किसी नूं देख के लगेगा कि इन्हों का पहला सीगा, ऑब्वियसली इन्हों के काम चो मच्योरिटी दिखी है जो एक किरदार दे विचों दिखनी चाहिए है, तो आई एम रियली प्राउड ऑफ यू ब्रदर। थैंक यू भाई, थैंक यू। इवन मैनू लगता कि घर दे बहुत ज़्यादा प्राउड होंगे। थैंक यू ब्रदर, गॉड ब्लेस यू। थैंक यू। ਹੁਣ ਸਾਡੇ ਨਾਲ ਮੌਜੂਦ ਹੈ ਉਹ ਪਰਸਨੈਲਿਟੀ ਜੋ ਕਿ ਅਕਸਰ ਆਪਣੇ ਕਿਰਦਾਰਾਂ ਦੇ ਨਾਲ ਐਕਸਪੈਰੀਮੈਂਟਸ ਕਰਦੇ ਰਹਿੰਦੇ ਨੇ, ਤੇ ਐਕਸਪੈਰੀਮੈਂਟ ਇੰਨੇ ਤਗੜੇ ਤਗੜੇ ਨਾ ਕਿ ਬਈ ਦਰਸ਼ਕ ਹਮੇਸ਼ਾ ਇਹਨਾਂ ਨੂੰ ਨਵੇਂ ਅਵਤਾਰ ਦੇ ਵਿੱਚ ਦੇਖਣਾ ਪਸੰਦ ਕਰਦੇ ਨੇ ਤੇ ਡਿਮਾਂਡ ਵੀ ਕਰਦੇ ਨੇ। ਸੋ ਕੀ ਹਾਲ ਚਾਲ ਨੇ? ਬਹੁਤ ਵਧੀਆ, ਛੱਡਦੇ ਕਲਾ ਸਰ, ਪਹਿਲਾਂ ਤਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹੋਰ ਤੁਸੀਂ ਠੀਕ ਹੋ? ਹਾਂਜੀ ਮੈਂ ਬਿਲਕੁਲ ਠੀਕ ਹਾਂ, ਤੇ ਹੁਣ ਕੀ ਲੱਗ ਰਿਹਾ, ਲੱਗੇ ਟਿਕਾਣੇ ਤੇ ਨਿਸ਼ਾਨਾ? ਮੈਂ ਸੀਰੀਅਸਲੀ ਦੱਸਾਂ ਤਾਂ ਮੈਂ ਬਹੁਤ ਸੈਟੀਸਫਾਈ ਹਾਂ ਫਿਲਮ ਦੇ, ਬਿਲਕੁਲ ਫਿਲਮ ਤੋਂ ਕੀ ਨਿਸ਼ਾਨਾ ਸਾਡੇ ਅਕੋਰਡਿੰਗ ਤਾਂ ਪੂਰਾ ਠਾ ਕਰਕੇ ਲੱਗਾ, ਤੇ ਉਮੀਦ ਆ ਕਿ ਜਦੋਂ ਦਰਸ਼ਕ ਦੇਖਣਗੇ ਤੇ ਉਹਨਾਂ ਦੇ ਵੀ ਦਿਲ 'ਚ ਠਾ ਕਰਕੇ ਲੱਗੇਗਾ। ਆ ਬਲੈਕੀਆ ਤੋਂ ਬਾਅਦ ਮਤਲਬ ਕਿਤੇ ਨਾ ਕਿਤੇ ਧੰਜਲ ਸਾਹਿਬ ਦੀ ਡਾਇਰੈਕਸ਼ਨ ਦੇ ਵਿੱਚ ਉਮੀਦਾਂ ਹੋਰ ਜ਼ਿਆਦਾ ਵੱਧ ਗਈਆਂ ਸੀ, ਹੈ ਨਾ, ਅਜਿਹੀਆਂ ਫਿਲਮਾਂ ਤੋਂ ਬਾਅਦ ਐਕਸਪੈਕਟੇਸ਼ਨ ਹੁੰਦੀ ਹੈ ਕਿ ਬਈ ਦਰਸ਼ਕਾਂ ਦੀ ਆਵਾਜ਼ਾਂ ਦੀ ਇਸ ਤੋਂ ਹਾਈ ਲੈਵਲ ਦਾ ਕੁਝ ਆਵੇ, ਕੀ ਲੱਗ ਰਿਹਾ? ਦੇਖੋ ਕਿਉਂਕਿ ਭਾਜੀ ਨੇ ਇੱਕ ਇੰਡਸਟਰੀ ਨੂੰ ਭਾਜੀ ਇੱਕ ਤਾਂ ਨੋਨ ਵੈਸੇ ਹੈਗੇ ਨੇ ਡਾਇਰੈਕਟਰ ਕਿਉਂਕਿ ਇਹਨਾਂ ਨੇ ਨੈਸ਼ਨਲ ਅਵਾਰਡ ਜਿੱਤਿਆ ਹੈ, ਹੈ ਨਾ, ਕਾਫੀ ਪੁਰਾਣਾ। ਫਿਰ ਭਾਈ ਦਾ ਇੱਕ ਬਹੁਤ ਲੰਬਾ ਬ੍ਰੇਕ ਸੀ, ਉਹ ਤੋਂ ਬਾਅਦ 'ਚ ਬਲੈਕੀਆ ਇਹਨਾਂ ਲਈ ਰਿਸਪੋਂਸੀਬਿਲਟੀ ਸੀ, ਉਹ ਏਡੀ ਵੱਡੀ ਹਿੱਟ ਹੋਣ ਤੋਂ ਬਾਅਦ ਇੱਕ ਡਾਇਰੈਕਟਰ ਲਈ ਅਨਦਰ ਹਿੱਟ ਦੇਣਾ, ਉਹ ਇੱਕ ਮੈਨੂੰ ਲੱਗਦਾ ਕਿ ਉਹ ਤੋਂ ਵੱਡਾ ਬੋਝ ਕੋਈ ਭਾਰ ਹੋ ਨਹੀਂ ਸਕਦਾ। ਪਰ ਭਾਈ ਨੇ ਬਹੁਤ ਬਹੁਤ ਸੋਹਣਾ ਕੰਮ ਕੀਤਾ ਕਿ ਮੈਂ ਅੱਗੇ ਉਹਨਾਂ ਨਾਲ ਗੱਲ ਕਰ ਰਿਹਾ ਸੀਗਾ, ਮੈਂ ਕਿਹਾ ਭਾਜੀ ਤਿੰਨ ਚਾਰ ਜਿਹੜੇ ਅਜੇ ਵੀ ਸ਼ੋਟ ਹੈ ਨਾ ਮੇਰੇ ਦਿਮਾਗ 'ਚ ਨਹੀਂ ਜਾ ਰਹੇ, ਉਹ ਸਾਰੇ ਉਹ ਐਂਗਲ ਉਹ ਸ਼ਾਇਦ ਭਾਜੀ ਲੈ ਸਕਦੇ ਸੀ। ਬਖੂਬੀ ਹਰ ਪਾਸੇ ਦੇਖਣ ਨੂੰ ਮਿਲਿਆ ਸ਼ੋਟ ਸਾਰਾ ਪੈਚ, ਅਤੇ ਨਾਲ ਨਾਲ ਤੁਸੀਂ ਵੀ ਆਪਣੇ ਹਰ ਕਿਰਦਾਰ ਦੇ ਵਿੱਚ ਇੱਕ ਵੱਖਰਾ ਹੀ ਜਾਨ ਫੂਕਦੇ ਹੋ ਫਿਲਮ ਦੇ ਵਿੱਚ, ਸਟੋਰੀ ਦੇ ਵਿੱਚ। ਫਸਟ ਟਾਈਮ ਸਟੋਰੀ ਸੁਣੀ ਸੀ, ਕੀ ਆਇਆ ਇਸ ਮਾਈਂਡ ਦੇ ਵਿੱਚ? ਮੈਨੂੰ ਐਕਚੁਅਲੀ ਭਾਜੀ ਨੇ ਨਾ ਫੋਨ ਦੇ ਉੱਤੇ ਪਹਿਲਾਂ ਤਾਂ ਫੋਟੋਆਂ ਮੰਗਵਾਈਆਂ ਸੀ, ਕਹਿੰਦੇ ਕਿ ਅਰਸ਼ ਕੋਈ ਪੱਗ ਦੀਆਂ ਫੋਟੋਜ਼, ਮੈਂ ਕਿਹਾ ਭਾਜੀ ਹਾਂ ਨੋਰਮਲਸ ਪਈਆਂ ਨੇ, ਭਾਜੀ ਕਹਿੰਦੇ, ਫਿਰ ਉਹਨਾਂ ਦਾ ਕੰਪਲੀਮੈਂਟ ਆਇਆ, ਕਹਿੰਦੇ ਯਾਰ ਪੱਗ 'ਚ ਬਹੁਤ ਸੋਹਣਾ ਲੱਗਦਾ। ਮੈਂ ਕਿਹਾ ਭਾਜੀ ਥੈਂਕ ਯੂ ਸੋ ਮਚ, ਮੈਂ ਕਿਹਾ ਹੁਕਮ ਕਰੋ ਹੁਣ, ਕਹਿੰਦੇ ਕਿ ਇੱਦਾਂ ਆਪਾਂ ਫਿਲਮ ਕਰ ਰਹੇ ਹਾਂ, ਉਹਦਾ ਇੱਕ ਇੰਪੋਰਟੈਂਟ ਕਿਰਦਾਰ ਆ, ਸ਼ਾਇਦ ਉਹ ਬਹੁਤਾ ਲੰਬਾ ਨਾ ਜਾਵੇ ਪਰ ਬਹੁਤ ਇੰਪੋਰਟੈਂਟ ਆ। ਅਤੇ ਮੈਨੂੰ, ਮੈਂ ਕਿਹਾ ਭਾਜੀ ਤੁਹਾਨੂੰ ਕੀ ਲੱਗਦਾ? ਉਹ ਕਹਿੰਦੇ ਕਿ ਮੈਨੂੰ ਲੱਗਦਾ ਤੂੰ ਬਹੁਤ ਵਧੀਆ ਕਰ ਸਕਦਾ, ਬਾਖੂਬੀ ਕਰ ਸਕਦਾ। ਮੈਂ ਕਿਹਾ ਭਾਈ ਜੇ ਤੁਹਾਨੂੰ ਤੁਹਾਨੂੰ
ਲੱਗਦਾ ਨਾ ਮੈਂ ਕਰ ਸਕਦਾ ਤਾਂ ਸਮਝ ਲਓ ਕਿ ਅਰਸ਼ ਨੇ ਕਰਤਾ ਐਂਡ ਆਈ ਟ੍ਰਾਈਡ ਮਾਈ ਬੈਸਟ ਐਂਡ ਭਾਜੀ ਨੇ ਸੋਹਣੇ ਸ਼ਬਦ ਬੋਲੇ ਮੇਰੇ ਲਈ ਕਿਵੇਂ ਖੇਡ ਲੈਂਦੇ ਹੋ ਆਪਣੇ ਕਿਰਦਾਰਾਂ ਦੇ ਨਾਲ ਇੰਨਾ ਮੈਂ ਤੁਹਾਨੂੰ ਦੱਸਾਂ ਕਿ ਮੈਂ ਉਸ ਚੀਜ਼ ਨੂੰ ਫੀਲ ਕਰਦਾ ਮੈਂ ਉਸ ਚੀਜ਼ ਨੂੰ ਆਪਣੇ ਅੰਦਰ ਮੈਂ ਨਸ਼ਾ ਵਗੈਰਾ ਤਾਂ ਨਹੀਂ ਕੀਤਾ ਕਦੀ ਨਾ ਮੈਂ ਕਰਦਾ ਹੀ ਹਾਂ ਤਾਂ ਮੈਂ ਇਹ ਚੀਜ਼ ਇਹੋ ਜਿਹੀਆਂ ਚੀਜ਼ ਚੈਲੇਂਜਿੰਗ ਜ਼ਰੂਰ ਹੁੰਦੀਆਂ ਆਪਣੇ ਕਰਨ ਲਈ ਅਤੇ ਮੈਨੂੰ ਲੱਗਦਾ ਹੁੰਦਾ ਕਿ ਮੈਂ ਉਹਨੂੰ ਜਿੰਨਾ ਆਪਣੇ ਆਪ 'ਤੇ ਫੀਲ ਕਰਾਂ ਕਿ ਜੇ ਮੈਂ ਉਹ ਕਰਦਾ ਹੁੰਦਾ ਤਾਂ ਮੈਂ ਕਿਵੇਂ ਦਾ ਹੁੰਦਾ ਇਸ ਕਰੈਕਟਰ ਲਈ ਮੈਂ ਆਪਣੇ ਆਪ ਨੂੰ ਕਿੰਨਾ ਟਾਈਮ ਵੈਨਿਟੀ ਦੇ ਵਿੱਚ ਬਿਠਾ ਕੇ ਰੱਖਦਾ ਸੀਗਾ ਸਪੈਸ਼ਲੀ ਜਦੋਂ ਦਾ ਕਲਾਈਮੈਕਸ ਮੇਰੇ ਉਹ ਕਰੈਕਟਰ ਦਾ ਆਉਂਦਾ ਤਾਂ ਉਹ ਕਾਫੀ ਜ਼ਿਆਦਾ ਮੈਨੂੰ ਉਹਦੇ ਲਈ ਆਪਣੇ ਆਪ ਨੂੰ ਕਰਨਾ ਪਿਆ ਕਿ ਰੈਡੀ ਮੈਂਟਲੀ ਕਿ ਮੈਂ ਮੈਂਟਲੀ ਇਹਨੂੰ ਕਿੱਦਾਂ ਸਿੱਖ ਕਰ ਸਕਦਾ ਆਪਣੇ ਆਪ ਨੂੰ ਕਿੱਦਾਂ ਸਿੱਖ ਕਰ ਸਕਦਾ ਈਵਨ ਇਹਦੇ ਵਿੱਚ ਮੈਂ ਫਿਜ਼ੀਕਲੀ ਆਪਣੇ ਆਪ ਨੂੰ ਹਰਟ ਵੀ ਕੀਤਾ ਮੈਂ ਆਹ ਚੀਜ਼ ਮੇਰੀ ਕਾਫੀ ਹਰਟ ਹੋ ਗਈ ਸੀ ਉਦੋਂ ਸ਼ੋਟ ਕਰਦਿਆਂ ਕਰਦਿਆਂ ਪਰ ਉਹ ਜੋ ਬਿਕੋਜ਼ ਮੇਰਾ ਇੱਕ ਸ਼ੋਟ ਆ ਜਿੱਥੇ ਲਾਸਟ ਦੇ ਵਿੱਚ ਮੈਂ ਕਾਫੀ ਜ਼ਿਆਦਾ ਵਾਰ ਵਾਰ ਆਪਣੇ ਹੈ ਨਾ ਉਹਨੂੰ ਟੱਚ ਕਰਦਾ ਅਤੇ ਉਹ ਕਾਫੀ ਹਾਰਡ ਸੀਗਾ ਦਰਵਾਜ਼ਾ ਉਹਦੇ ਵਿੱਚ ਜਾਲੀ ਸੀ ਅਤੇ ਉਹ ਸਾਰੀ ਦੀ ਸਾਰੀ ਮੇਰੀ ਫਿਰਕੀ ਸੀ ਜਦੋਂ ਮੈਂ ਕਾਫੀ ਇਸ ਟਾਈਮ 'ਤੇ ਸਲੋ ਮੈਂ ਨੀਚੇ ਆਉਣਾ ਸੀਗਾ ਫਿਰ ਆਹ ਕਾਫੀ ਲਾਈਕ ਉਹ ਨਿਕਲ ਗਿਆ ਸੀਗਾ ਪਰ ਮੈਨੂੰ ਉਹ ਜੋ ਮੈਂ ਫੀਲ ਸੀਗਾ ਪਲੱਸ ਮੇਰੀ ਜੋ ਓਰੀਜਨਲ ਪੇਨ ਉਹ ਮੇਰੇ ਕਿਰਦਾਰ ਨੂੰ ਕੱਢ ਕੇ ਆਉਂਦੀ ਹੈ ਤਾਂ ਕਰਕੇ ਮਾਈ ਗੋਡ ਇਹੀ ਹੁੰਦਾ ਕਿ ਆਪਣੇ ਕਿਰਦਾਰ ਦੇ ਨਾਲ ਇਹ ਇਨਸਾਫ ਕਰਨਾ ਹੁੰਦਾ ਇੱਕ ਕਲਾਕਾਰ ਲਈ ਪਰ ਕਿਤੇ ਨਾ ਕਿਤੇ ਇੱਕ ਮੰਜੇ ਹੋਏ ਕਲਾਕਾਰ ਲਈ ਨਵੇਂ ਹਰ ਚੈਲੇਂਜ ਲਈ ਮਤਲਬ ਕਿੰਨਾ ਪ੍ਰੈਸ਼ਰ ਹੁੰਦਾ ਮਾਈਂਡ ਵਿੱਚ ਕਿਉਂਕਿ ਦੇਖੋ ਜੇ ਤੁਸੀਂ ਇੱਦਾਂ ਦੇ ਚੰਗੇ ਵਰਡਸ ਬੋਲ ਰਹੇ ਹੋ ਇਟ ਮੀਨਸ ਸਾਡਾ ਅੱਗੇ ਵੀ ਮੈਨੂੰ ਕੁਛ ਚੰਗਾ ਕਰਨਾ ਪਊਗਾ ਤਾਂ ਮੈਂ ਤੁਹਾਡੇ ਲਾਗੇ ਬਹਿ ਕੇ ਇੰਟਰਵਿਊ ਕਰੂੰਗਾ ਨਾ ਨਹੀਂ ਤੁਸੀਂ ਮੇਰਾ ਲਾਗੋ ਦਿਨ ਲੰਘ ਜਾਣਾ ਕਿ ਨਹੀਂ ਯਾਰ ਕੀ ਕੰਮ ਚੱਲ ਰਿਹਾ ਨਹੀਂ ਕੋਈ ਗੱਲ ਨਹੀਂ ਹੋਈ ਕਿਉਂਕਿ ਨਾ ਤੁਹਾਡੇ ਚੱਲਣ ਦਾ ਸਟਾਈਲ ਕੱਪੜੇ ਦਾ ਸਟਾਈਲ ਇੱਕ ਵੱਖਰਾ ਹੀ ਹੈ ਜਿਵੇਂ ਕਿ ਕਹਿੰਦੇ ਨਾ ਸਾਊਥ ਫਿਲਮਾਂ ਦੇ ਵਿੱਚ ਇੱਕ ਟ੍ਰੈਂਡ ਬਣ ਜਾਣਾ ਇੱਕ ਬ੍ਰਾਂਡ ਬਣ ਜਾਣਾ ਉਹੀ ਚੀਜ਼ ਦੇਖਣ ਨੂੰ ਮਿਲ ਰਿਹਾ ਤੁਹਾਡੇ ਕਿਰਦਾਰ ਦੇ ਨਾਲ ਹਾਂ ਕਿਉਂਕਿ ਮੈਂ ਓਕੇ ਜੀ ਬਾਏ ਬਾਏ ਸੋਰੀ ਅਤੇ ਹਾਂ ਆਪਾਂ ਗੱਲ ਕਰ ਰਹੇ ਸੀਗੇ ਕਿਰਦਾਰਾਂ ਦੀ ਮੈਨੂੰ ਲੱਗਦਾ ਹੁੰਦਾ ਕਿ ਮੈਂ ਜਿੰਨਾ ਆਪਣੇ ਕੰਮ ਨਾਲ ਇਨਸਾਫ ਕਰਾਂ ਕਿਉਂਕਿ ਮੈਨੂੰ ਕੰਮ ਦੀ ਅਜੇ ਬਹੁਤ ਜ਼ਿਆਦਾ ਭੁੱਖ ਆ ਮੈਂ ਬਹੁਤ ਜ਼ਿਆਦਾ ਕੰਮ ਕਰਨਾ ਚਾਹੁੰਦਾ ਮੈਂ ਅਲੱਗ ਅਲੱਗ ਕਰਨਾ ਚਾਹੁੰਦਾ ਕਿ ਕੋਈ ਬੰਦਾ ਖੋਲ੍ਹੇ ਇੰਡਸਟਰੀ ਦਾ ਯਾਰ ਪੰਜਾਬੀ ਇੰਡਸਟਰੀ ਦੇ ਵਿੱਚ ਇੱਦਾਂ ਦਾ ਕਰੈਕਟਰ ਕਰਵਾਉਣਾ ਕਿਹਦੇ ਕੋਲ ਕਰਵਾਈਏ ਤਾਂ ਉਹ ਲੱਭਣ ਤਾਂ ਇੱਕ ਵਾਰੀ ਉਹਨਾਂ ਦੇ ਦਿਮਾਗ ਦੇ ਵਿੱਚ ਅਰਸ਼ਨ ਦਲ ਦਾ ਨਾਮ ਜ਼ਰੂਰ ਆਵੇ ਮੈਂ ਇੰਨੇ ਐਕਸਪੈਰੀਮੈਂਟ ਕਰਨਾ ਚਾਹੁੰਦਾ ਮਾਈ ਗੋਡ ਹੁਣ ਤੱਕ ਕੀ ਲੱਗਦਾ ਕਿ ਕਿੰਨੇ ਕੁ ਐਕਸਪੈਰੀਮੈਂਟ ਕਰ ਲਏ ਅਤੇ ਕਿਸ ਮੁਕਾਮ ਤੱਕ ਖੁਦ ਨੂੰ ਹੁਣ ਅੱਗੇ ਦੇਖਣਾ ਚਾਹੋਗੇ ਮੈਂ ਕਹਿੰਦਾ ਕਿ ਅਜੇ ਮੇਰੀ ਸ਼ੁਰੂਆਤ ਆ ਅਤੇ ਮੈਂ ਆਪਣੇ ਬਹੁਤ ਉੱਚੇ ਓਬਵੀਅਸਲੀ ਸੁਪਨੇ ਮਿੱਥੇ ਹੋਏ ਤਾਂ ਮੈਂ ਮਿਹਨਤ ਕਰ ਰਿਹਾ ਕਿਉਂਕਿ ਮੈਂ ਅਚੀਵ ਕਰਨੇ ਆ ਤਾਂ ਮੈਂ ਆਪਣੇ ਆਪ 'ਤੇ ਸ਼ੱਕ ਕੋਈ ਨਹੀਂ ਕਰਦਾ ਕਿਉਂਕਿ ਮੈਂ ਮਿਹਨਤ ਪੂਰੀ ਲਗਨ ਨਾਲ ਪੂਰੀ ਮੈਂ ਲੋਇਲ ਹਾਂ ਆਪਣੇ ਕੰਮ ਨਾਲ ਆਪਣੀ ਲਗਨ ਨਾਲ ਤਾਂ ਕਰਕੇ ਮੈਂ ਕਰੂੰਗਾ ਜਲਦੀ ਕਰੂੰਗਾ ਅਤੇ ਬਹੁਤ ਵਧੀਆ ਤਰੀਕੇ ਨਾਲ ਕਰੂੰਗਾ ਤੇ ਕਿਸ ਤਰ੍ਹਾਂ ਦੇ ਕਨਸੈਪਟ ਚਾਹੋਗੇ ਤੁਸੀਂ ਕਿ ਇਨ ਫਿਊਚਰ ਤੁਹਾਨੂੰ ਮਿਲਣ ਕਿਉਂਕਿ ਹਰ ਤਰ੍ਹਾਂ ਦੇ ਐਕਸਪੈਰੀਮੈਂਟ ਤਾਂ ਕਰ ਚੁੱਕੇ ਨਹੀਂ ਨਹੀਂ ਅਜੇ ਤਾਂ ਸ਼ੁਰੂਆਤ ਆ ਅਜੇ ਤਾਂ ਮੈਂ ਕਰ ਸਕਦਾ ਜੇ ਬਹੁਤ ਕੁਛ ਕਰ ਸਕਦਾ ਜੇ ਮੈਨੂੰ ਪਤਾ ਕਿ ਮੈਂ ਕੀ ਕਰੀ ਬੈਠਾ ਔਰ ਕੀ ਕਰਨਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਡੈਫੀਨੇਟਲੀ ਤੁਸੀਂ ਆਪਾਂ ਫਿਰ ਇੰਟਰਵਿਊ ਜ਼ਰੂਰ ਕਰਾਂਗੇ ਓ ਮਾਈ ਗੋਡ ਇੰਤਜ਼ਾਰ ਰਹੇਗਾ ਬਾਲੀਵੁੱਡ ਪੋਲੀਵੁੱਡ ਅਤੇ ਉਹ ਟੋਲੀਵੁੱਡ ਉਸ ਤੋਂ ਬਾਅਦ ਹਾਲੀਵੁੱਡ ਡੈਫੀਨੇਟਲੀ ਸੋ ਆਪਣੇ ਅੰਦਾਜ਼ ਦੇ ਵਿੱਚ ਲਾ ਦਿਓ ਕੋਈ ਨਿਸ਼ਾਨਾ ਮੈਂ ਚਾਹੁੰਦਾ ਕਿ ਬੜਾ ਅਸੀਂ ਕਰੰਟ ਅਤੇ ਘੈਂਟ ਮੁੱਦਾ ਭਾਅ ਜੀ ਉਹਨਾਂ ਨੇ ਚੁੱਕ ਕੇ ਲੈ ਕੇ ਆਈ ਸਾਰੀ ਟੀਮ ਨਿਸ਼ਾਨਾ ਦੀ ਅਤੇ ਸਾਨੂੰ ਉਮੀਦ ਆ ਕਿ ਜਿਵੇਂ ਸਾਡੀ ਬਲੈਕੀ ਆ ਸਪੈਸ਼ਲੀ ਧੰਜਲ ਸਾਹਿਬ ਦੇ ਕੰਮ ਨੂੰ ਤੁਸੀਂ ਪਹਿਲਾਂ ਪਿਆਰ ਕੀਤਾ ਅਤੇ ਇਹ ਨਿਸ਼ਾਨਾ ਵੀ ਸਾਡਾ ਤੁਹਾਡੇ ਦਿਲ 'ਤੇ ਲੱਗੂਗਾ ਕਿਉਂਕਿ ਉਹ ਵੀ ਲੱਗਾ ਸੀ ਅਤੇ ਹਮੇਸ਼ਾ ਖੁਸ਼ ਰਹੋ ਆਪਣੇ ਘਰਦਿਆਂ ਦਾ ਸੁਪਨੇ ਪੂਰੇ ਕਰਦੇ ਰਹੋ ਕਿਉਂਕਿ ਉਹਨਾਂ ਦੀ ਤੁਹਾਡੀ ਬਹੁਤ ਜ਼ਿਆਦਾ ਉਮੀਦਾਂ ਨੇ ਅਤੇ ਇਹ ਫਿਲਮ ਦੇਖੋ ਅਤੇ ਤੁਹਾਨੂੰ ਸਿਖਾਏਗੀ ਕਿ ਨਸ਼ਾ ਨਹੀਂ ਕਰਨਾ ਚਾਹੀਦਾ ਮਾੜੀ ਚੀਜ਼ ਆ ਸੋ ਕੋਈ ਅਜਿਹਾ ਗੋਲ ਲਾਈਫ ਦੇ ਵਿੱਚ ਹੁਣ ਵੀ ਪੈਂਡਿੰਗ ਹੈ ਜਿਸ ਦੇ ਉੱਪਰ ਨਿਸ਼ਾਨਾ ਲਗਾਉਣਾ ਹਜੇ ਵੀ ਬਾਕੀ ਹੈ ਬਹੁਤ ਸਾਰੇ ਪੈਂਡਿੰਗ ਹੈ ਬਹੁਤ ਸਾਰੇ ਪੈਂਡਿੰਗ ਹੈ ਅਜੇ ਤਾਂ ਸ਼ੁਰੂਆਤ ਅਜੇ ਤਾਂ ਮੈਂ ਤੁਰਿਆ ਅਜੇ ਤਾਂ ਨਹੀਂ ਅਜੇ ਤਾਂ ਮੈਂ ਉੱਠ ਕੇ ਖੜਾ ਹੋਇਆ ਅਜੇ ਤਾਂ ਮੈਂ ਤੁਰਨਾ ਫਿਰ ਮੈਂ ਭੱਜਣਾ ਬਹੁਤ ਲੰਬੀ ਰੇਸ ਦਾ ਘੋੜਾ ਮੈਂ ਤਾਂ ਬਹੁਤ ਡੂੰਘੀਆਂ ਗੱਲਾਂ ਕਰਦੇ ਹੋ ਤੁਸੀਂ ਜ਼ਰੂਰ ਅਸੀਂ ਚਾਹਾਂਗੇ ਕਦੇ ਮਿਲ ਕੇ ਬੈਠੀਏ ਫਿਰ ਦਿਲ ਦੀਆਂ ਗੱਲਾਂ ਕਰੀਏ ਆਪਾਂ ਡੈਫੀਨੇਟਲੀ ਕਰਾਂਗੇ ਬਾਰ ਬਾਰ ਕਰਾਂਗੇ ਹਰ ਪ੍ਰੋਜੈਕਟ ਤੋਂ ਬਾਅਦ ਕਰਾਂਗੇ ਦਿਲ ਦੀਆਂ ਗੱਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਜੀ ਫਸਟ ਕਲਾਸ ਹਿੱਟ ਫਿਲਮ ਨਿਸ਼ਾਨਾ ਤੋਂ ਬਾਅਦ ਅੱਗੇ ਦਾ ਕੀ ਪਲਾਨ ਹੈ ਦੇਖੋ ਕਾਫੀ ਫਿਲਮਾਂ ਮੇਰੀਆਂ ਲਾਈਨ ਅਪ ਨੇ 8-9 ਫਿਲਮਾਂ ਰੈਡੀ ਫੋਰ ਰਿਲੀਜ਼ ਨੇ ਜੀ ਬਾਕੀ ਅੱਗੇ ਵੀ ਸ਼ੂਟਿੰਗ ਕਰ ਰਿਹਾ ਤੇ ਆਪਣੀ ਕੋਸ਼ਿਸ਼ ਇਹੀ ਹੁੰਦੀ ਹੈ ਵੀ ਜੋ ਕਰੈਕਟਰ ਮੈਨੂੰ ਮਿਲੇ ਉਹਨੂੰ ਮੈਂ ਇੰਨੇ ਵਧੀਆ ਤਰੀਕੇ ਨਾਲ ਕਰਾਂ ਕਿ ਜਦੋਂ ਵੀ ਆਡੀਅੰਸ ਦੇਖੇ ਉਹਨਾਂ ਦੇ ਪੈਸੇ ਵਸੂਲ ਹੋ ਜਾਣ ਇਸ ਫਿਲਮ ਦੇ ਵਿੱਚ ਅਸੀਂ ਦੇਖ ਰਹੇ ਹਾਂ ਸਮਾਜ ਦੇ ਕਈ
ਵੱਡੇ ਵੱਡੇ ਮੁੱਦੇ ਦੇਖਣ ਨੂੰ ਮਿਲ ਰਹੇ ਨੇ, ਚਿੱਟਾ ਹੋ ਗਿਆ, ਨਸ਼ਾ ਹੋ ਗਿਆ, ਉਸ ਤੋਂ ਬਾਅਦ ਦਾਜ ਦੇ ਅਤੇ ਫਿਰ ਜਾਤ ਪਾਤ, ਸਾਰੇ ਮੁੱਦੇ ਨੂੰ ਇਕੱਠੇ ਇੱਕ ਫਰੇਮ ਦੇ ਵਿੱਚ ਪਰੋਸ ਕੇ ਲਾਉਣਾ ਇੰਡਸਟਰੀ ਦੇ ਵਿੱਚ, ਮਤਲਬ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ, ਕਿੰਨੀ ਅੱਗੇ ਵੱਧ ਗਈ ਇੰਡਸਟਰੀ? ਕਿਉਂਕਿ ਜਦੋਂ ਇਹ ਫਿਲਮ ਦਾ ਮੈਂ ਸਬਜੈਕਟ ਸੁਣਿਆ ਸੀ, ਡਾਇਰੈਕਟਰ ਨੇ ਮੈਨੂੰ ਦੱਸਿਆ, ਤਾਂ ਮੈਂ ਇਹ ਸੋਚਿਆ ਜਾ ਰਿਹਾ ਇਹੋ ਜਿਹੇ ਜਿਹੜੇ ਪੰਜਾਬ ਦੀਆਂ ਸਾਰੀਆਂ ਪ੍ਰੋਬਲਮ ਨੇ ਉਹਨਾਂ ਦੇ ਸਾਰੇ ਮੁੱਦੇ ਛੋਹੇ ਨੇ ਅਤੇ ਮੈਂ ਇਸ ਫਿਲਮ ਨਾਲ ਜੁੜਨਾ ਚਾਹੀਦਾ। ਹਾਲਾਂਕਿ ਮੇਰੇ ਪ੍ਰੋਡਿਊਸਰ ਜਿਹੜੇ ਨੇ ਉਹ ਵੀ ਦੋਸਤ ਨੇ, ਡਾਇਰੈਕਟਰ ਵੀ ਦੋਸਤ ਨੇ, ਪਰ ਮੈਂ ਆਪਣੇ ਆਪ ਨੂੰ ਲੱਗੀ ਸਮਝਦਾ ਕਿ ਪੰਜਾਬ ਦੇ ਕਿਸੇ ਕੰਮ ਆ ਰਿਹਾ, ਪੰਜਾਬ ਦੇ ਜਿਹਨੇ ਮੁੱਦੇ ਨੇ ਉਸ ਫਿਲਮ 'ਚ ਉਠਾਏ ਗਏ ਨੇ, ਕਿਉਂਕਿ ਮੈਂ ਨੈਗੇਟਿਵ ਕੈਰੈਕਟਰ ਕੀਤਾ, ਜੇ ਮੈਂ ਨੈਗੇਟਿਵ ਕੈਰੈਕਟਰ ਨਾ ਕਰਾਂ ਤਾਂ ਤੁਸੀਂ ਦਿਖਾਈ ਨਹੀਂ ਸਕਦੇ ਕੁਛ, ਇੱਥੇ ਇੰਨਾ ਕੁਛ ਗਲਤ ਹੋ ਰਿਹਾ, ਉਹਦਾ ਸਮਾਧਾਨ ਕੀ ਹੈ? ਅਤੇ ਤੁਹਾਡੇ ਸਾਹਮਣੇ ਸਮਾਧਾਨ ਵੀ ਕਰਵਾ ਤਾ, ਅਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਤੁਸੀਂ ਦੇਖੀਆਂ ਨੇ, ਹੁਣ ਤੁਸੀਂ ਦਰਸ਼ਕਾਂ ਨੂੰ ਦੱਸੋ ਕਿ ਹਾਂ ਵੀ ਇਹ ਫਿਲਮ ਤੁਹਾਨੂੰ ਦੇਖਣੀ ਚਾਹੀਦੀ ਹੈ ਜਾਂ ਨਹੀਂ। ਬਿਲਕੁਲ, ਐਂ ਲੱਗ ਰਿਹਾ ਕਿ ਟਿਕਾਣੇ 'ਤੇ ਨਿਸ਼ਾਨਾ ਲੱਗਣ ਵਾਲਾ ਹੈ, ਅਤੇ ਸਭ ਤੋਂ ਵੱਡੀ ਚੀਜ਼ ਇਹ ਆ ਨਾ ਕਿ ਮੰਜੇ ਹੋਏ ਇੱਕ ਆਰਟਿਸਟ ਹੋ ਤੁਸੀਂ, ਅਤੇ ਸਿਨੇਮੇ ਦੇ ਵਿੱਚ ਜਦ ਇੱਦਾਂ ਦੇ ਕੋਨਸੈਪਟ ਆ ਜਾਣ ਅਤੇ ਲੋਟਸ ਆਫ ਐਕਸ਼ਨ ਫਸਟ ਟਾਈਮ, ਅਤੇ ਸਾਊਥ ਦੇ ਇੱਥੇ ਕਹਿ ਸਕਦੇ ਵਿਕਰਮਜੀਤ ਸਿੰਘ ਵਿਰਕ ਜੀ ਪਿਲਰ ਨੇ ਇੱਕ ਤਰੀਕੇ ਨਾਲ ਵਿਲਨ ਦਾ ਕਿਰਦਾਰ ਹੈ, ਅਤੇ ਇੰਨਾ ਜ਼ਿਆਦਾ ਐਕਸ਼ਨ ਤੋਂ ਬਾਅਦ ਹੁਣ ਅੱਗੇ ਕਿਹੜੇ ਰਾਹ 'ਤੇ ਤੁਰਨਾ ਚਾਹੀਦਾ ਇੰਡਸਟਰੀ? ਦੇਖਿਓ, ਪਤਾ ਕੀ ਗੱਲ ਹੈ ਬੇਟਾ, ਜਦੋਂ ਇੰਨੀ ਮਿਹਨਤ ਕਰਕੇ ਫਿਲਮ ਬਣਾਈ ਜਾਂਦੀ ਹੈ, ਤੁਸੀਂ ਫਿਲਮ ਨੂੰ ਚਲਵਾ ਦਿਓ, ਇੱਦੋਂ ਡਬਲ ਨਿਸ਼ਾਨੇ 'ਤੇ ਆਦਮੀ ਪੈਸੇ ਲਾ ਕੇ ਫਿਲਮ ਬਣਾਉਂਦਾ, ਕਿਉਂਕਿ ਫਿਲਮ ਦਾ ਚੱਲਣਾ ਬਹੁਤ ਜ਼ਰੂਰੀ ਹੁੰਦੀ ਹੈ। ਪ੍ਰੋਡਿਊਸਰ ਕੋਲ ਪੈਸਾ ਆਇਆ, ਉਹ ਇਸ ਤੋਂ ਵੱਡੀ ਚੀਜ਼ ਬਣਾਏਗਾ, ਉਹ ਇਸ ਤੋਂ ਵੱਡੀ ਚੀਜ਼ ਬਣਾਏਗਾ। ਸਾਡੀ ਪੰਜਾਬੀ ਆਡੀਅੰਸ ਦੀ ਇਹ ਡਿਊਟੀ ਹੈ ਕਿ ਫਿਲਮਾਂ ਜਿੰਨੀਆਂ ਵੀ ਸਾਊਥ ਦੇ ਦੇਖੋ ਫਿਲਮਾਂ ਨੇ, ਸਾਰੀਆਂ ਹਿੱਟ ਹੁੰਦੀਆਂ ਨੇ, ਕਿਉਂਕਿ ਉੱਥੇ ਆਡੀਅੰਸ ਕਮਿਟਡ ਹੈ ਕਿ ਸਾਡਾ ਸਿਨੇਮਾ ਵੱਡਾ ਹੋਣਾ ਚਾਹੀਦਾ। ਤੁਹਾਨੂੰ ਪਤਾ, ਅੱਜ ਤੋਂ 30-35 ਸਾਲ ਪਹਿਲਾਂ ਜਿਹੜਾ ਮਦਰਾਸ ਦਾ ਸਿਨੇਮਾ ਸੀ, ਉਹ ਪੰਜਾਬੀ ਸਿਨੇਮੇ ਤੋਂ ਵੀ ਥੱਲੇ ਸੀ, ਹੁਣ ਕਿੱਥੇ ਪਹੁੰਚਿਆ? ਇਹ ਕਹਿਣ ਦਾ ਮਤਲਬ ਹੈ ਕਿ ਤੁਸੀਂ ਫਿਲਮਾਂ ਦੇਖੋ ਤਾਂ ਕਿ ਅਸੀਂ ਉਸ ਤੋਂ ਬਾਅਦ ਇੱਦੋਂ ਵੱਡੀਆਂ ਫਿਲਮਾਂ ਬਣਾਈਏ, ਕਿਉਂਕਿ ਤੁਹਾਡਾ ਵੀ ਯੋਗਦਾਨ ਆ ਜਾਂਦਾ ਨਾ। ਸਿਰਫ ਇਹੀ ਨਹੀਂ ਕਿ ਅਸੀਂ ਬਣਾਈ ਜਾਈਏ ਔਰ ਫਿਲਮ ਚੱਲੇ ਨਾ, ਅਸੀਂ ਬਣਾਈ ਜਾਈਏ ਫਿਲਮ ਚੱਲੇ ਨਾ, ਤੁਸੀਂ ਚਲਾਓ ਫਿਲਮ, ਅਸੀਂ ਇਸ ਤੋਂ ਵੱਡੀਆਂ ਫਿਲਮਾਂ ਬਣਾਵਾਂਗੇ। ਪੂਰੀ ਟੀਮ ਨੇ ਲਾਤਾ ਨਿਸ਼ਾਨਾ, ਹੁਣ ਤੁਸੀਂ ਦੱਸਣਾ ਕਿ ਟਿਕਾਣੇ 'ਤੇ ਲੱਗਿਆ ਨਿਸ਼ਾਨਾ ਜਾਂ ਨਹੀਂ। ਫਿਰ ਸਭ ਤੋਂ ਵੱਡੀ ਗੱਲ ਹੈ ਕਿ ਫਸਟ ਟਾਈਮ ਇੱਕ ਫਰੇਮ ਦੇ ਵਿੱਚ ਇੰਨੇ ਸਾਰੇ ਮੁੱਦੇ ਇੱਕੋ ਸਾਥ ਸਾਨੂੰ ਦੇਖਣ ਨੂੰ ਮਿਲੇ, ਅਤੇ ਨਾਲ ਹੀ ਇੰਨਾ ਜ਼ਿਆਦਾ ਐਕਸ਼ਨ। ਹਾਏ ਰੱਬਾ, ਫਸਟ ਟਾਈਮ ਮੈਂ ਬਹੁਤ ਜ਼ਿਆਦਾ ਇੰਜੋਏ ਕੀਤਾ, ਹੁਣ ਤੁਸੀਂ ਕਿੰਨਾ ਇੰਜੋਏ ਕੀਤਾ ਕਮੈਂਟ ਸੈਕਸ਼ਨਾਂ ਦੇ ਵਿੱਚ ਜ਼ਰੂਰ ਲਿਖ ਕੇ ਦੱਸਣਾ। ਸੋ ਇਸੇ ਤਰ੍ਹਾਂ ਲੇਟੈਸਟ ਯੂਨੀਕ ਅਪਡੇਟ ਲਈ ਬਣੇ ਰਹਿਣਾ ਦੇਸੀ ਚਾਹ ਦੇ ਨਾਲ। ਹੁਣ ਆਪਣੀ ਸ਼ਵਾਨੀ ਤੋਂ ਇਜਾਜ਼ਤ, ਧੰਨਵਾਦ।